ਨਾਟ ਝੋਟ ਛਪਾਰ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਲਾਲਪੁਰੀਏ ਪਾਲੇ ਦੇ ਨਾਲ ਮੁਕਾਬਲਾ ਹੈ। ਪਾਲਾ ਤੇ ਨੌਜਵਾਨ ਨਾਟ ਝੋਟ ਤੇ ਪਾਲਾ ਬੰਟੀ ਇਸ ਵੇਲੇ ਸਰਹਾਣਾ ਰਣੂਆ ਦੀ ਖੇਡ ਕਲੱਬ ਵੱਲੋਂ ਕਬੱਡੀ ਪਾ ਰਿਹਾ ਹੈ। ਸਨੀ ਆਦਮ ਵਾਲੀਆ 2100 ਦਾ ਜੱਫਾ ਲਾ ਪਾਊ ਕਿ ਨਹੀਂ, ਇੱਕ ਪਾਸੇ ਸੁੱਖਾ ਔਗਣ। ਸਤਿ ਸ਼੍ਰੀ ਅਕਾਲ ਦੋਸਤੋ, ਬੈਸਟ ਮੈਚਾਂ ਦੀ ਲੜੀ ਦੇ ਵਿੱਚ ਆ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ, ਇਹ ਜੰਗੀਆਂ ਨਾ ਬਰਨਾਲਾ ਏਰੀਏ ਦਾ ਪਿੰਡ, ਉੱਥੋਂ ਦੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਆ ਇਹ ਮੈਚ ਹੈ, ਜਿਹੜਾ ਕਿ ਇੱਕ ਸੈਮੀਫਾਈਨਲ ਮੈਚ ਹੈ। 30 ਜਨਵਰੀ 2019 ਦਾ ਦਿਨ ਸੀਗਾ। ਇੱਕ ਪਾਸੇ ਸਰਹਾਲਾ ਰਣੂਆ ਦੀ ਟੀਮ ਸੀ, ਇੱਕ ਪਾਸੇ ਰੋਇਲ ਕਿੰਗ USA ਦੀ ਟੀਮ ਸੀ। ਕਾਫੀ ਇੰਟਰਸਟਿੰਗ ਮੈਚ ਹੈ। ਸਰਹਾਲਾ ਰਣੂਆ ਦੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਪਾਲਾ ਜਲਾਲਪੁਰੀਆ, ਬੰਟੀ ਟਿੱਬਾ, ਜੀਤ ਕੋਟਲੀ, ਅਰਸ਼ੀ ਬਲੂਰ, ਲੱਡੂ ਦੁਗਾਲ, ਰਮਨ ਮੱਲੀਆਂ, ਸੋਨੂ ਗੁੱਜਰ ਟਿੱਬਾ ਅਤੇ ਵਾਹਿਗੁਰੂ ਸੀਚੇਵਾਲ ਵਰਗੇ ਖਿਡਾਰੀ ਖੇਡ ਰਹੇ ਸੀ। ਔਰ ਦੂਸਰੇ ਪਾਸੇ ਅਤੇ ਰੋਇਲ ਕਿੰਗ USA ਦੇ ਵਿੱਚ ਜੱਗੂ ਸੈਦੋਵਾਲੀਆ, ਰਿੰਕੂ ਖਰੈਤੀ, ਫਰਿਆਦ ਅਲੀ, ਸਨੀ ਆਦਮਵਾਲ, ਨਾਟ ਝੋਟ ਛਪਾਰ, ਮਲੂਕ ਅਲੀ, ਕਮਲ ਟਿੱਬਾ ਅਤੇ ਦੌਲੀ ਅਲਕੜਾ ਵਰਗੇ ਖਿਡਾਰੀ ਖੇਡ ਰਹੇ ਸੀ। ਸੋ ਆਨੰਦ ਮਾਣੋ ਜੰਗੀਆਂ ਨੇ ਦੇ ਇਸ ਸੈਮੀਫਾਈਨਲ ਮੈਚ ਦਾ। ਜੇਕਰ ਮੈਚ ਵਧੀਆ ਲੱਗਿਆ ਤਾਂ ਥੰਬਸ ਅਪ ਦੇ ਬਟਨ 'ਤੇ ਕਲਿੱਕ ਕਰ ਸਕਦੇ ਹੋ। ਇੰਜੋਏ ਕਰੋ ਇਸ ਮੈਚ ਨੂੰ। ਕੋਚਾਂ ਦੀਆਂ ਮਾਰਾਂ ਖਾਧੀਆਂ ਨੇ, ਲਿਸ਼ਕਦੀਆਂ ਫਿਰ ਨੇ ਜਵਾਨੀਆਂ ਨੇ, ਲੱਖ ਲੱਖ ਦੀ ਕੌਡੀ ਪੈਂਦੀ ਮੁਰਮੋਟਾਂ ਦੀਆਂ ਮਿਹਰਬਾਨੀਆਂ ਨੇ। ਅੱਜ ਖਿਡਾਰੀ ਵੀ ਖੁਸ਼ਹਾਲ ਹੋਏ, ਕੋਈ ਬਚਦਾ ਨਹੀਂ ਵਿੱਚ ਸਪੇਰਾਂ ਦੇ। ਤੂੰ ਵੀ ਖੜ ਕੇ ਵੇਖ ਜਵਾਨਾਂ, ਹੱਥ ਜੋੜ ਕੇ ਸ਼ੇਰਾਂ ਦੇ, ਸ਼ੇਰਾਂ ਦੇ ਨਾਲ ਟੱਕਰਾਂ ਨੇ। ਆਦਮ ਵਾਲੀਆ ਖੜ ਗਿਆ, ਸ਼ਕਰਪੁਰੀਆ ਖੜ ਗਿਆ। ਲਓ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕੌਣ? ਇਹ ਆ ਗੁਰਮਿੰਦਰ ਸਿੰਘ, ਇਹਨੂੰ ਬੰਟੀ ਕਹਿੰਦੇ ਪਿਆਰ ਦੇ ਨਾਲ। ਟਿੱਬਾ ਪਿੰਡ ਹੈ, ਜ਼ਿਲ੍ਹਾ ਕਪੂਰਥਲਾ ਦਾ, ਬੜਾ ਮਸ਼ਹੂਰ ਪਿੰਡ। ਲਓ ਟਿੱਬੇ ਵਾਲੇ ਬੰਟੀ ਦੀ ਪਈ ਹੋਈ ਰੇਡ ਤੇ, ਕੌਣ? ਰਾਇਲ ਕਿੰਗ USA ਵਾਲਾ ਲਾਓ ਜਫਾ ਮੈਦਾਨ ਦੇ ਵਿੱਚ ਬੋਲੇਗਾ ਧਾਵਾ ਇਸ ਖਿਡਾਰੀ ਦਾ। ਚਾਰ ਮੰਨੇ ਪਰਵੰਨੇ ਨੇ, ਕਹਿੰਦੇ ਕੰਪਿਊਟਰਾਈਜ਼ ਕੁਮਰੀਨਾ ਦੀ ਸਟਾਪ ਲਾਈਨ, ਛੱਬੇ ਫਿਆੜੇ ਦੀ ਟੀਮ, ਕਪੂਰਥਲੀ ਲਾਲੀ ਦੀ ਅਗਵਾਈ ਹੈ, ਔਰ ਦੂਸਰੇ ਪਾਸੇ ਸੇਵਾ ਸਿੰਘ ਰਾਣੀ ਉਹਨਾਂ ਦੀ ਟੀਮ ਹੈ। ਵੱਡੀ ਖਾਸੀਅਤ ਇਹ ਹੈ ਜਲਾਲ ਵਾਲਿਆ, ਵੀ ਆਹ ਦੋਵੇਂ ਟੀਮਾਂ ਇੱਕੋ ਪ੍ਰਮੋਟਰ ਚਲਾ ਰਿਹਾ ਵਾਰਡ ਦੇ ਵਿੱਚ। ਸੇਵਾ ਸਿੰਘ ਰਾਣੇ ਦੀ ਟੀਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ, ਰਾਇਲ ਕਿੰਗ ਦੀ ਟੀਮ ਜੋ ਹੈ ਛੱਬੇ ਥਿਆੜੇ ਦੀ ਹੈ। ਲਓ ਸੈਦੋਵਾਲੀਏ ਜੱਗੂ, ਕਪੂਰਥਲੀਏ ਜੱਗੂ ਦੀ ਪਈ ਹੋਈ ਕਬੱਡੀ। ਜੱਗੂ ਲਾਓ ਸੈਦੋਵਾਲੀਆ ਜੱਗੂ ਤੇ ਜਲਾਲਪੁਰੀਆ ਪਾਲਾ, ਬਾਹ ਗਬਰੂ ਹੈ ਜੱਗੂ ਸੈਦੋਵਾਲੀਏ ਦੇ ਲਈ। ਭਿੰਦਰ ਟੱਲੇਵਾਲ ਤੇ ਹਮੀਦੀ ਵਾਲਾ ਸਾਡਾ ਵੀਰ, ਵੀਰ ਜੀ ਨਾਂ ਦੱਸ ਕੇ ਜਾਇਓ ਜ਼ਰੂਰ, 500 ਰੁਪਇਆ ਪੈਦਾ ਕਰਦੇ ਆ USA ਤੋਂ। ਬਿੰਦਰ ਹਮੀਦੀ ਵਾਲਾ 500 ਰੁਪਇਆ ਜਿਹੜਾ ਪੈਦਾ ਕਰਦੇ ਆ, ਬਹੁਤ ਬਹੁਤ ਧੰਨਵਾਦ ਕਰਦੇ ਆ। ਆਹ ਖਿਡਾਰੀ ਦਾ ਦੁਗਾਲ ਪਿੰਡ ਹੈ, ਇਹ ਨਰਿੰਦਰ ਰਾਮ ਦੇ ਪਿੰਡ ਦਾ ਹੈ, ਇਹ ਕਹਿੰਦੇ ਲਾਖੇ ਦੇ ਪਿੰਡ ਦਾ ਹੈ। ਆਹ ਸਾਹਮਣੇ ਟਿੱਬੇ ਵਾਲਾ ਕਮਲ, ਇੱਕ ਪਾਸੇ ਕਮਲ ਟਿੱਬਾ ਤੇ ਦੂਜੇ ਪਾਸੇ ਲੱਡੂ ਦੁਗਾਲ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਇਹ ਆ ਛਪਾਰ ਵਾਲਾ, ਕਿ ਪਿੰਡ ਛਪਾਰ ਦਾ ਮੇਲਾ ਵੇਲੀ ਉਹ ਲੱਗੇ ਜਗਤ ਤੋਂ ਭਾਰੀ, ਥਾਣੇਦਾਰ ਤਿੰਨ ਚੜ ਪਏ ਨਾਲੇ ਚੜ ਪਈ ਪੁਲਿਸ ਸਰਕਾਰੀ। ਨਾਟ ਝੋਟ ਛਪਾਰ ਵਾਲਾ ਮੈਦਾਨ ਦੇ ਵਿੱਚ ਪਈ ਰੇਡ ਤੇ ਵਾਹਿਗੁਰੂ ਸੀਚੇ ਵਾਲੀਆ ਪਰ ਪੁਆਇੰਟ ਜੁੜਦਾ ਹੋਇਆ ਨਾਟ ਝੋਟ ਦੇ ਹਿੱਸੇ ਦੇ ਵਿੱਚ। ਰਾਇਲ ਕਿੰਗ USA ਦੀ ਟੀਮ, ਬਜਵੇ ਵਾਲਾ ਇੰਦਰਪਾਲ ਹੈ, ਇਹਦੇ ਪਾਸੇ ਮੇਲੋ ਹੈ, ਫਰਾਲੇ ਵਾਲਾ ਬਿੰਦੂ ਹੈ, ਸਾਰੇ ਵੀਰ ਜ਼ਿੰਮੇਵਾਰੀ ਅਦਾ ਕਰ ਰਹੇ ਨੇ। ਲਓ ਅਗਲੀ ਕਬੱਡੀ ਰਮਨੇ ਦੀ, ਜਲਾਲ ਵਾਲਾ ਮਾਈਕ ਦੇ ਬੋਲ ਰਮਨਾ ਬੱਲੀਆਂ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਸ਼ਮੀਰ ਖਾਨ ਤਿਆਰ ਹੈ, ਨੌਜਵਾਨ ਫਰਿਆਦ ਅਲੀ ਤਿਆਰ ਹੈ, ਨਾਲ ਕਹਿੰਦੇ ਵਿੱਕੀ ਸ਼ੇਖ ਅਦਾਲਤ ਵਾਲਾ ਹੈ ਤੇ ਟਿੱਬੇ ਵਾਲਾ ਕਮਲ ਤਿਆਰ ਨੇ। ਬੱਲੀਆਂ ਵਾਲਾ ਰਮਨ ਇਸ ਵੇਲੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਵੱਲੋਂ ਜਾਫੀ ਚਾਰ ਨੇ ਰਾਇਲ ਕਿੰਗ USA ਦੀ ਟੀਮ ਦੇ ਤੇ ਫੈਸਲਾ ਹੋਇਆ ਵੀ ਡਬਲ ਟੱਚ ਦਾ ਇਸ਼ਾਰਾ ਹੈ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ। ਰਿੰਕੂ ਖਰੈਟੀ 16 ਚ ਫਰਿਆਦ, 17 ਚ ਕਮਲ,
18 ਵਿੱਚ ਆਹ ਖਿਡਾਰੀ ਬੈਸਟ ਰਿਹਾ ਟੋਰਾਂਟੋ ਦੇ ਲਗਾਤਾਰ 3 ਕੱਪਾਂ ਦੇ ਬੈਸਟ ਖਿਡਾਰੀ ਅੱਜ ਖੇਡ ਰਹੇ ਨੇ ਜੰਗੀਆਣੇ ਦੇ ਕਬੱਡੀ ਕੱਪ ਦੇ ਵਿੱਚ ਆਹ 18 ਦੇ ਟੋਰਾਂਟੋ ਦੇ ਕੱਪ ਦਾ ਬੈਸਟ ਰਿੰਕੂ ਖਰਾਟੀ ਹਰਿਆਣੇ ਵਾਲਾ ਰਾਇਲ ਕਿੰਗ USA ਦੀ ਟੀਮ ਦਾ ਮੰਨਿਆ ਪਰਮੰਨਿਆ ਕਬੱਡੀ ਖਿਡਾਰੀ ਲਾ ਪਈ ਰੇਡ ਜਲਾਲਪੁਰੀ ਹੈ ਜਾਂ ਬੋਪੁਰੀ ਆ ਕੋਟਲੀ ਵਾਲਾ ਤੇ ਸੀਚੇ ਵਾਲੀ ਆ ਚਾਰ ਮੰਨੇ ਪਰਮੰਨੇ ਖਿਡਾਰੀਆਂ ਦੇ ਵਿੱਚ ਜਲਾਲਪੁਰੀ ਆ ਪਾਲਾ ਡੱਕਣ ਦੀ ਕੋਸ਼ਿਸ਼ ਕਰਦਾ ਪੁਆਇੰਟ ਰਿੰਕੂ ਖਰਾਟੀ ਦਾ ਅਗਲੀ ਰੇਡ ਅਰਸ਼ੀ ਭਲੂਰ ਵਾਲੇ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈਣ ਜਾ ਰਹੀ ਹੈ ਦੋਨੋਂ ਪਾਸਿਓਂ ਜਦੋਂ ਵੀ ਜਫਾ ਲੱਗੂਗਾ ਭਿੰਦਰ ਹਮੀਦੀ ਤੇ ਨਾਲ ਭਿੰਦਰ ਟੱਲੇਆਲ ਬਿੰਦਰ ਹਮੀਦੀ ਦੇ ਭਿੰਦਰ ਟੱਲੇਆਲ ਵੱਲੋਂ 500 ਗੋਗੀ ਸੈਦੋਕੇ ਵੱਲੋਂ ਤੇ 500 ਕਹਿੰਦੇ ਆਜ਼ਾਦ ਕਬੱਡੀ ਕਲੱਬ ਪੱਤੋਂ ਵੱਲੋਂ ਮਾਨ ਸਨਮਾਨ ਕੀਤਾ ਜਾਣਾ ਲਓ ਦੌਲਤ ਸਿੰਘ ਦੌਲੀ ਜਿਹੜੇ ਜਿਹੜੇ ਦਰਸ਼ਕ ਖੁਸ਼ ਨੇ ਵੀ ਦੌਲੀ ਫਿਰ ਵਾਪਸ ਆ ਗਿਆ ਉਹ ਇੱਕ ਵਾਰੀ ਦੌਲੀ ਅਲਕੜਿਆਂ ਵਾਲਾ ਲਓ ਦੌਲੀ ਦੀ ਪੈਂਦੀ ਹੈ ਰੇਡ ਵਾਪਸੀ ਕੀਤੀ ਖੇਡ ਕਬੱਡੀ ਦੇ ਮੈਦਾਨਾਂ ਦੇ ਵਿੱਚ ਲਓ ਦੌਲੀ ਦਾ ਏਰੀਆ ਔਰ ਮੈਂ ਦੇ ਵੀ ਨੌਜਵਾਨ ਦੇ ਦਿਮਾਗ ਦੇ ਉੱਪਰ ਥੋੜਾ ਪ੍ਰੈਸ਼ਰ ਵੀ ਹੈ ਬੋਪਰੀਆ ਹੁਸ਼ਿਆਰਾ ਲਓ ਸੱਜੇ ਕਦੇ ਖੱਬੇ ਜੇ ਮੁੰਡਾ ਨੰਬਰ ਲੈ ਗਿਆ ਤੇ ਏਰੀਏ ਦੀ ਗੱਲ ਮਾਰ ਦਿਓ ਤਾੜੀਆਂ ਹੀ ਹੋਵੇ ਪੁਆਇੰਟ ਦੌਲੀ ਅਲਕੜਿਆਂ ਵਾਲਾ ਦੌਲੀ ਅਲਕੜਿਆਂ ਵਾਲੇ ਦੇ ਲਈ ਬਿੰਦਰ ਹਮੀਦੀ ਤੇ ਭਿੰਦਰ ਟੱਲੇਆਲ ਵੱਲੋਂ 500 ਆਜ਼ਾਦ ਕਬੱਡੀ ਕਲੱਬ ਪੱਤੋਂ ਹੀਰਾ ਸਿੰਘ ਵੱਲੋਂ ਆਇਆ ਲੈ ਵੀ 1000 ਰੁਪਇਆ ਸਾਹਿਬ ਨੌਜਵਾਨ ਹੈ ਅਗਲੀ ਰੇਡ 2100 ਦੀ ਆਹ ਨੌਜਵਾਨ ਕੋਲੀਆਂ ਮਾਰਦਾ ਬੰਟੀ ਇਸ ਵੇਲੇ ਸਰਹਾਲਾ ਰਣੂਆ ਦੀ ਖੇਡ ਕਲੱਬ ਵੱਲੋਂ ਕਬੱਡੀ ਪਾ ਰਿਹਾ ਸਨੀ ਆਦਮ ਵਾਲ ਸਨੀ ਆਦਮ ਵਾਲੀਆ 2100 ਦਾ ਜੱਫਾ ਲਾ ਪਾਊ ਕਿ ਨਹੀਂ ਇੱਕ ਪਾਸੇ ਸੁੱਖਾ ਔਗਣ ਨਾਲ ਕਹਿੰਦੇ ਜੀਤੇ ਹੁਣੀ ਮਾਰ ਕਰਨਗੇ ਮਨਦੀਪ ਤੇ ਸੋਨੂ ਹੋਣਾ ਵੱਲੋਂ ਵੀ ਮਾਨ ਸਨਮਾਨ ਕੀਤਾ ਜਾਣਾ ਹੁਸ਼ਿਆਰਾ ਤੇਰਾ ਜੱਫਾ 500 ਦਾ ਹੋਣਾ ਔਰ ਸਾਹਮਣੇ ਵੇਖਦਾ ਵੀ ਕਬੱਡੀ ਜੱਗੂ ਸੈਦੋ ਵਾਲੀ ਇਹਦੀ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਜੱਗੂ ਸੈਦੋ ਵਾਲੀ ਹੈ ਜੀਤ ਕੋਟਲੀ ਦਾ ਔਰ ਪੁਆਇੰਟ ਰੇਡਰ ਦਾ ਸੋਨੂ ਪ੍ਰਦੀਪ ਤੇ ਭਿੰਦਰ ਤੇ ਸੁੱਖਾ ਔਕੜਾ ਵਾਲਾ USA ਤੋਂ ਜੀਤਾ ਜੰਗੀਆਣੇ ਵਾਲਾ 2100 ਰੁਪਇਆ ਬੰਟੀ ਦੀਆਂ 3 ਕਬੱਡੀਆਂ ਦਾ ਤੇ ਰਿੰਕੂ ਖਰੈਟੀ ਦੀਆਂ ਵੀ 3 ਕਬੱਡੀਆਂ ਕਹਿੰਦੇ 2100 ਦੀਆਂ ਪੈਣਗੀਆਂ ਹੁਸ਼ਿਆਰੇ ਦਾ ਹਰ ਇੱਕ ਜੱਫਾ 500 ਦਾ ਆਹ ਦੁਕਾਨ ਵਾਲਾ ਲੱਡੂ ਇਸ ਵੇਲੇ ਕਬੱਡੀ ਪਾ ਰਿਹਾ ਜਾਫੀ 4 ਨੇ ਫਰਿਆਦ ਹੈ ਕਮਲ ਟਿੱਪਾ ਕਮਲ 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 500 ਗੋਗੀ ਸੈਦੋ ਵੱਲੋਂ ਫੜ ਵੀ ਨੌਜਵਾਨ ਚੱਲ ਵੀ ਛਪਾਰ ਵਾਲਿਆ ਪਾ ਕਬੱਡੀ ਨੌਜਵਾਨ ਹੈ ਤਖਤੂਪੁਰੇ ਦਾ ਜਰਗ ਦਾ ਛਪਾਰ ਦਾ ਚੜਕ ਦਾ ਕਿ ਤਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੱਧਿਆਂ ਮੇਲਿਆਂ ਦੀ ਇੱਥੇ ਇੱਕ ਰੀਤ ਪੁਰਾਣੀ ਨਾ ਪਈ ਹੋਈ ਛਪਾਰ ਵਾਲੇ ਦੀ ਰੇੜ ਲੱਗੂ ਜਫਾ ਕੇ ਨਹੀਂ ਬੋਪਰੀਆ ਹੁਸ਼ਿਆਰਾ ਲੱਕਣ ਦੀ ਕੋਸ਼ਿਸ਼ ਕਰਦਾ ਮੂਣਕਾ ਦੇ ਏਰੀਏ ਦਾ ਕਬੱਡੀ ਖਿਡਾਰੀ ਹੰਦੇ ਦੇ ਲਾਗੇ ਪੜ ਤਾਵੀ ਦੇ ਹਿੱਸੇ ਦੇ ਵਿੱਚ ਬਾਬਾ ਜਵਾਲਾ ਸਿੰਘ ਕਬੱਡੀ ਕਲੱਬ ਰਾਇਲ ਕਿੰਗ USA ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਪਹਿਲਾ ਸੈਮੀਫਾਈਨਲ ਫਸਟ ਹਾਫ ਦੀ ਖੇਡ ਜੰਗੀਆਣੇ ਦਾ ਦੂਸਰਾ ਅਮਰੀਕਾ ਕਬੱਡੀ ਕੱਪ ਬਾਬਾ ਹਰਨਾਮ ਦਾਸ ਜੀ ਦੀ ਯਾਦ ਨੂੰ ਸਮਰਪਿਤ ਲਾ ਪਈ ਰੇਡ ਮੱਲੀਆਂ ਵਾਲੇ ਰਮਨੇ ਦੀ ਹੈ ਕੌਣ ਲਾਓ ਜਫਾ ਚਾਰ ਮੰਨੇ ਪਰਮੰਨੇ ਕਬੱਡੀ ਖਿਡਾਰੀ ਮਲੂਕ ਇੱਕ ਕਰੀ ਤੇ ਉਸੇ ਦਾ ਵੀਰ ਫਰਿਆਦ ਚਾਰ ਬਾਰ ਤਿਆਰ ਤੇ ਸ਼ਕਰਪੁਰੀ ਆ ਢੱਕਣ ਦੀ ਕੋਸ਼ਿਸ਼ ਕਰਦਾ ਹੋਇਆ ਵੱਜ ਗਈ ਕੈਂਚੀ ਹੰਦੇ ਦੂਰ ਲਾ ਕਬੱਡੀ 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 ਦੇ ਪੰਡ ਸ਼ਕਰਪੁਰੀ ਫਰਿਆਦ ਦਾ ਫਰਿਆਦ ਸ਼ਕਰਪੁਰੀ ਨੂੰ 500 ਯਾਦ ਕਬੱਡੀ ਕਲੱਬ ਪੱਤੋਂ ਹੀਰਾ ਸਿੰਘ ਵੱਲੋਂ 500 ਬਿੰਦਰ ਹਮੀਦੀ ਤੇ ਭਿੰਦਰ ਟੱਲੇਆਲ USA ਵੱਲੋਂ ਤੇ 500 ਗੋਗੀ ਸੈਦੋਕੇ ਵਾਲੇ ਵੱਲੋਂ ਜਲਾਲਪੁਰੀਆ ਪਾਲਾ ਜਦੋਂ ਵੀ ਜੱਫਾ ਲਾਊਗਾ ਉਦੋਂ ਹੀ ਮਾਨ ਸਨਮਾਨ ਕੀਤਾ ਜਾਊਗਾ
ਰਿੰਕੂ ਖਰੰਡੀ ਦੀ ਕੀ ਸਾਦੀ ਰੇਡ ਹੈ ਮੱਖਣ ਅਲੀ ਜੀ, ਔਰ ਚਾਰ ਨੇ ਜੀਤ ਕੋਟਲੀ ਵਾਲਾ ਬਠਿੰਡੇ ਵਾਲਾ ਔਰ ਦੂਸਰੇ ਪਾਸੇ ਹਰਿਆਣੇ ਵਾਲਾ ਲੱਗਿਆ ਪਿਆ ਜ਼ੋਰ, ਇੱਕ ਜ਼ੋਰ ਨਾਲ ਜਫਾ, ਇੱਕ ਜ਼ੋਰ ਨਾਲ ਜਫਾ ਪਰ ਪੜ 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 ਗਲਤੀ ਕਰਦਾ ਨਹੀਂ ਰੈਫਰੀ, ਜਾਣ ਬੁੱਝ ਕੇ ਹੋ ਜਾਵੇ ਤਾਂ ਉਸਨੂੰ ਪੂਰ ਦਿੰਦਾ, ਥੱਪੜ ਮਾਰਦਾ ਧੌਲ ਦੀ ਥਾਂ ਜਿਹੜਾ ਸਿਆਣਾ ਰੈਫਰੀ ਉਸਨੂੰ ਘੂਰ ਦਿੰਦਾ। ਲਓ ਪੁਆਇੰਟ ਹਰਸ਼ੂ ਭਲੂਰ ਵਾਲਾ ਆਪਣੀ ਟੀਮ ਦੇ ਲਈ, ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ। ਸ਼ਲਵੀ ਨੌਜਵਾਨ ਹਲਕੜਿਆਂ ਵਾਲਾ ਪਾ ਕਬੱਡੀ ਸਾਰਾ ਏਰੀਆ ਵੱਡੀ ਤਾਦਾਦ ਦੇ ਵਿੱਚ ਪੁੱਜਿਆ ਹੋਇਆ। ਲਓ ਕਬੱਡੀ ਪਾਉਣ ਦੇ ਵਾਸਤੇ ਦੌਲੀ ਫਿਰ ਮੈਦਾਨ ਦੇ ਵਿੱਚ ਵੱਧ ਗਿਆ ਖਿਡਾਰੀ ਪਈ ਫਿਰ ਰੇਡ ਤੇ। ਜੀਤ ਵਰਗੇ ਤਿਆਰ ਵਰ ਤਿਆਰ ਨੇ, ਵਾਹਿਗੁਰੂ ਵਰਗੇ ਨੌਜਵਾਨ, ਪਾਲੇ ਵਰਗੇ ਗੁਰਪ੍ਰੀਤ ਜਾਲ ਵਰਗੇ, ਲਓ ਪਈ ਹੋਈ ਕਬੱਡੀ ਦੇ ਉੱਪਰ ਕੌਣ ਲਾਭੋ ਜਫਾ ਮਿੱਟੀ ਤੇਰੇ ਕਦਮਾਂ ਦੀ, ਮੈਂ ਚੁੱਕ ਕੇ ਮੱਥੇ ਨਾਲ ਲਾਵਾਂ, ਜੀ ਕਰਦਾ ਕਬੱਡੀ ਤੈਨੂੰ ਖੇਡਦੇ ਨੂੰ ਵੇਖਣ ਗਰਾਊਂਡ ਵਿੱਚ ਆਵਾਂ। ਇਹ ਦੌਲੀ ਦੌਲੀ ਅਲਕੜਿਆਂ ਵਾਲਾ, ਅਲਕੜਿਆਂ ਵਾਲਾ ਦੌਲੀ, ਪੰਜਾਬ ਦੀ ਸਰਜ਼ਮੀਨ ਖੇਡ ਮੇਲਿਆਂ ਦੀ ਰਣਬੈਕੀ ਹੋਈ ਹੈ। 3 ਫਰਵਰੀ ਨੂੰ ਨੰਗਲਾਂਬੀਆਂ ਦਾ ਕਬੱਡੀ ਕੱਪ, ਮਾਡਰੇਟ ਕਬੱਡੀ ਕੱਪ ਹੋਊਗਾ, ਉੱਥੇ ਜੌਲ ਬਲੇਨਾਂ ਦੇ ਵੀ ਕਬੱਡੀ ਕੱਪ ਹੋਣਾ, ਉਸ ਦੇ ਲਈ ਵੀ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ। ਪੰਜਾਬ ਦੀ ਧਰਤੀ ਦੇ ਵੱਡੇ ਕਬੱਡੀ ਕੱਪਾਂ ਦੀਆਂ ਰੌਣਕਾਂ, ਸੁੱਖਾ ਉਗੜ USA, ਪ੍ਰਦੀਪ USA, ਸੋਨੀ USA, ਰਾਜੂ ਪੱਤੋ ਤੇ ਬੱਬੂ USA ਤੇ ਨਾਲ ਮਨਿੰਦਰ ਬੰਟੀ ਦੀਆਂ 3 ਕਬੱਡੀਆਂ ਦੇ 2100 ਦੇ ਮਾਨ ਸਨਮਾਨ ਦਿੱਤੇ ਜਾਣਗੇ। ਰਿੰਕੂ ਦੀਆਂ 3 ਕਬੱਡੀਆਂ ਦਾ ਵੀ 2100 ਹੋਊਗਾ, ਹਸ਼ਿਆਰੇ ਦਾ ਜਫਾ 500 ਦਾ ਹੋਊਗਾ। ਇਹਨਾਂ NRI ਵੀਰਾਂ ਦਾ ਧੰਨਵਾਦ, ਅਮਰੀਕਾ ਤੋਂ ਵੱਡੇ ਮਾਨ ਸਨਮਾਨ। ਲਓ ਬੰਟੀ ਦੀ 2100 ਦੀ ਪਹਿਲੀ ਕਬੱਡੀ ਮੈਦਾਨ ਦੇ ਅੰਦਰ ਪੈਂਦੀ ਹੋਈ, ਸ਼ਕਰਪੁਰੀਆ ਫਰਿਆਦ 2100 ਵਾਲਾ ਜਫਾ ਲਾ ਪਾਊਗੇ ਨਹੀਂ, ਲਾ ਡੱਕਣ ਦੀ ਕੋਸ਼ਿਸ਼ ਕਰਦਾ ਬੱਲੇ ਬੱਲੇ। ਲਾ ਕਬੱਡੀ ਕਬੱਡੀ ਹਰ ਜੋ ਪਾਸੇ ਮੁੰਡਾ ਹਵਾ ਹਵਾਈ ਦੇ ਪੁਆਇੰਟ ਪੁਆਇੰਟ ਦੇਖਦੇ ਵੀ ਬੰਟੀ ਟਿੱਬੇ ਵਾਲਾ। ਦੂਜੀ ਰੇਡ ਪੈ ਗਈ ਹੈ ਜੀ, ਦੂਜੀ ਰੇਡ ਤੇ 2 ਰੇਡਾਂ ਹੋ ਗਈਆਂ ਬੰਟੀ ਦੀਆਂ। ਲਓ ਜੱਗੂ ਸੈਤੋ ਵਾਲੀ ਆ, ਜਿੱਥੇ ਕਹਿੰਦੇ 20 ਫਰਵਰੀ ਨੂੰ ਅਲਟੋ ਕਾਰਾਂ ਦਿੱਤੀਆਂ ਜਾਣਗੀਆਂ, ਸੈਦੋਵਾਲ ਦਾ ਕਬੱਡੀ ਕੱਪ ਖੇਡਿਆ ਜਾਣਾ। ਸੈਦੋ ਵਾਲੀਏ ਜੱਗੂ ਦੀ ਰੇਡ ਪੈ ਚੁੱਕੀ ਹੈ, ਹੁਸ਼ਿਆਰਾ ਹੈ। ਆਹ ਜਲਾਲਪੁਰੀਆ ਪਾਲਾ ਤੇ ਦੂਜੇ ਪਾਸੇ ਜੱਗੂ। ਉਹ ਬਈ ਜੱਗੂ ਬਾਰੇ ਕੀ ਖਿਆਲ ਆ, ਤਾੜੀਆਂ ਮਾਰ ਕੇ ਦੱਸਿਓ ਜਰਾ। ਨਵਾਂ ਖਿਡਾਰੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਆਸਾਂ ਨੇ ਸੈਦੋ ਵਾਲੀਆ ਜੱਗੂ। ਲੈ ਵੀ ਜੱਗੂ ਤੇਰੇ ਲਈ ਬਿੰਦਰ ਹਮੀਦੀ ਵੱਲੋਂ ਤੇ ਨਾਲ ਭਿੰਦਰ ਟੱਲੇ ਵਾਲੀਏ ਵੱਲੋਂ 500 ਆਇਆ ਨੌਜਵਾਨ ਹੈ। ਦੁਕਾਨ ਵਾਲੇ ਲੱਡੂ ਦੀ ਰੇਡ ਹੈ, ਆਓ ਕਮਲ ਟਿੱਬੇ ਵਾਲਾ, ਕਮਲ ਟਿੱਬੇ ਵਾਲਾ 500 ਆਜ਼ਾਦ ਸਪੋਰਟਸ ਕਲੱਬ ਤੋਂ ਹੀਰਾ ਸਿੰਘ ਵੱਲੋਂ ਟਿੱਬੇ ਵਾਲੇ ਕਮਲ ਦੇ ਲਈ। ਸੁੱਖਾ ਉਗੜ USA, ਪ੍ਰਦੀਪ USA, ਸੋਨੀ USA, ਰਾਜੂ ਪੱਤੋ USA, ਬੱਬੂ USA ਤੇ ਮਨਿੰਦਰ ਤੇ ਜੀਤਾ ਗਿੱਲ। ਲਓ ਮੈਦਾਨ ਦੇ ਵਿੱਚ ਪਈ ਫਿਰ ਰੇਡ, ਫਿਰ ਹੁੰਦਾ ਹੈ ਕਮਾਲ ਬੋਪਰੀਆ ਹੁਸ਼ਿਆਰਾ, ਡੱਕਣ ਦੀ ਕੋਸ਼ਿਸ਼ ਕਰਦਾ ਫੁੱਲ ਹੁਸ਼ਿਆਰੀ ਦੇ ਨਾਲ, ਹਟ ਗਿਆ ਨਾੜ ਚੋੜ ਪਿੱਛੇ, ਨਾ ਸੱਜੇ ਖੱਬੇ ਫਿਰ ਕਬੱਡੀ 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 ਰਾਇਲ ਕਿੰਗ USA ਦੀ ਟੀਮ ਦੇ ਹਿੱਸੇ ਪਰਮਜੀਤ ਸਿੰਘ ਜੀ ਬਾਗੜੀਆ ਸਾਹਿਬ ਇੱਕ ਇੱਕ ਰੇਡ ਜਫੇ ਨੂੰ ਆਪਣੀ ਕਲਮ ਦੇ ਨਾਲ ਬਿਆਨ ਕਰ ਰਹੇ ਨੇ। ਲਓ ਕਬੱਡੀ ਪਾਉਣ ਦੇ ਵਾਸਤੇ ਰਮਨਾ ਮੱਲੀਆਂਵਾਲ ਫਿਰ ਮੈਦਾਨ ਦੇ ਵਿੱਚ ਵੱਧ ਗਿਆ ਖਿਡਾਰੀ। ਰਮਨਾ ਮੱਲੀਆਂ ਵਾਲਾ, ਰਮਨਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੇਰੇ ਵੀਰੋ। 4 ਜਾਫੀ ਤਿਆਰ ਨੇ ਰਾਇਲ ਕਿੰਗ USA ਦੀ ਟੀਮ ਦਾ, ਹੁਣ ਕੌਣ, ਇੱਕ ਵਾਰੀ ਚੇਨ ਟੁੱਟ ਗਈ ਤੇ ਮਲੂਕ ਅਲੀ ਲੱਗ ਗਿਆ ਲੱਤੀ ਤੇ ਪੁਆਇੰਟ, ਹਰੇਡਰ ਦਾ ਪੁਆਇੰਟ। ਮੱਲੀਆਂ ਵਾਲੇ ਰਮਨੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਵੱਡਾ ਮੈਚ ਹੈ, ਵੱਡਾ ਇਕੱਠ ਹੈ, ਵੱਡਾ ਇਕੱਠ ਤੇ 2100 ਦੀ ਦੂਜੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਪ੍ਰਦੀਪ ਹੋਣਾ ਵੱਲੋਂ
ਸੋਨੂ ਹੋਣਾ ਵੱਲੋਂ, ਨਾਲ ਰਾਜੂ ਪੱਤੋਂ ਪੱਪੂ ਯੂਐਸਏ ਮਨਿੰਦਰ ਹੋਣਾ ਵੱਲੋਂ, ਸੁੱਕੇ ਔਗੜ ਹੋਣਾ ਵੱਲੋਂ 2100 ਦੀ ਦੂਜੀ ਰੇਡ ਰਿੰਕੂ ਖਰੈਟੀ ਦੀ ਤੇ ਪੁਆਇੰਟ ਰਾਇਲ ਕਿੰਗ ਯੂਐਸਏ ਦਾ, ਰਾਇਲ ਕਿੰਗ ਯੂਐਸਏ ਦਾ ਰਿੰਕੂ ਹਰਿਆਣੇ ਵਾਲਾ। ਪਰ ਕਬੱਡੀ ਪਾਉਣ ਦੇ ਵਾਸਤੇ ਅਰਸ਼ੂ ਭਲੂਰ ਫਿਰ ਮੈਦਾਨ ਦੇ ਵਿੱਚ ਵਧ ਗਿਆ ਖਿਡਾਰੀ, ਪੈਂਦੀ ਫਿਰ ਰੇਡ ਦੇ ਉੱਪਰ, ਫਿਰ ਕਿਹੜਾ ਲਾਊਗਾ ਜਫਾ, ਅੱਗੇ ਵੱਧ ਕੇ ਕੀਤਾ ਗਿਆ ਹਮਲਾ ਇਸ ਖਿਡਾਰੀ ਦਾ। ਦੇਖਦੇ ਵਿੱਚ ਚਾਰ ਮੰਨੇ ਪਰ ਮੰਨੇ ਨੌਜਵਾਨਾਂ ਦੇ ਵਿੱਚੋਂ ਲਾਓ ਅਰਸ਼ੂ ਭਲੂਰ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ। ਅਗਲੀ ਕਬੱਡੀ ਪਾਉਣ ਦੇ ਵਾਸਤੇ ਦੌਲੀ ਅਲਕੜਿਆਂ ਵਾਲਾ ਵਾਧਾ ਹੋਇਆ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ, ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ, ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਖ। ਗੋਪੁਰੀਆ ਹੁਸ਼ਿਆਰਾ ਫਿਰ ਟੱਕਰਨ ਦੀ ਕੋਸ਼ਿਸ਼ ਕਰਦਾ, ਕਦੇ ਸੱਜੇ ਕਦੇ ਖੱਬੇ, ਦੌਲੀ ਨੇ ਦੋ ਕਬੱਡੀਆਂ ਤੇ ਤੀਸਰੀ ਵੀ ਸਫਲ ਹੋ ਗਈ ਦੌਲੀ ਦੀ। ਹਾਂ 17 ਫਰਵਰੀ ਰੌਣਕਾਂ ਲੱਗਣਗੀਆਂ ਰੁੜਕਾ ਦੇ ਵਿੱਚ, ਵੱਡਾ ਕਬੱਡੀ ਕਾ ਦੌੜਾ ਹੈ, 2.5 ਤੇ 1.5 ਲੱਖ ਸੈਮੀਆਂ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਬੈਸਟ ਨੂੰ ਫਾਈਨਲ ਦੇ ਵਿੱਚ ਵੀ, ਤੇ ਸਤਿੰਦਰ ਸਰਤਾਜ ਦਾ ਅਖਾੜਾ ਵੀ ਲੱਗੇਗਾ। ਲਓ ਸਤਨਾਮ ਸਿੰਘ ਸੋਨੂ ਗੁੱਜਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧ ਗਿਆ ਟਿੱਬੇ ਵਾਲਾ, ਗੁੱਜਰ ਟਿੱਬੇ ਵਾਲਾ ਸਤਨਾਮ ਸਿੰਘ ਨਾਮ ਹੈ ਮੇਰੇ ਵੀਰੇ, ਗੁੱਜਰ ਕਹਿੰਦੇ ਹੈ ਪਿਆਰ ਦੇ ਨਾਲ, ਕਿਉਂਕਿ ਸਰੀਰ ਦੀ ਦਿੱਖ ਕਹਿੰਦੇ ਗੁੱਜਰਾਂ ਵਰਗੀ, ਤੇ ਕਹਿੰਦਾ ਮੈਨੂੰ ਤਾਂ ਗੁੱਜਰ ਆਖਣ ਲੱਗ ਪਏ ਹੈ। ਔਰ ਸਾਹਮਣੇ ਸਤਨਾਮ ਸਿੰਘ ਗੁੱਜਰ ਇਸ ਲਈ ਪੁਆਇੰਟ ਲੈ ਕੇ ਵਾਪਸ ਗਿਆ। ਜੱਗੂ ਆ ਗਿਆ ਸੈਤੋ ਵਾਲੀਆ, ਜੱਗੂ ਆ ਗਿਆ ਜਿਹਨੇ ਪਹਿਲਾਂ ਤਾੜੀਆਂ ਮਾਰਨੇ ਲਈ ਲੋਕਾਂ ਨੂੰ ਮਜਬੂਰ ਕੀਤਾ, ਉਹ ਖਿਡਾਰੀ ਆ ਗਿਆ ਕਪੂਰਥਲੇ ਜ਼ਿਲ੍ਹੇ ਦਾ ਆ ਗਿਆ। ਆਓ ਸਾਹਮਣੇ ਕਬੱਡੀ ਤੇ ਪੁਆਇੰਟ ਰੇਡਰ ਦਾ, ਪੁਆਇੰਟ ਇਸ ਵੇਲੇ ਜੱਗੂ ਸੈਦੋ ਵਾਲੀਏ ਦਾ, ਪੁਆਇੰਟ ਇਸ ਵੇਲੇ ਨੌਜਵਾਨ ਰਾਇਲ ਕਿੰਗ ਯੂਐਸਏ ਦੀ ਟੀਮ ਦੇ ਹਿੱਸੇ ਜਾ ਜੁੜਿਆ। ਵੱਡਾ ਮੈਚ ਖੇਡਿਆ ਜਾ ਰਿਹਾ, ਵੱਡਾ ਇਕੱਠ ਹੈ, ਜੰਗੀਆਣਾ ਪਿੰਡ ਹੈ, ਬਿੰਦੂ ਵੇਖ ਯਾਰਾ ਨੌਜਵਾਨ ਹੈ, ਵੱਡਾ ਖੇਡ ਸਟੇਡੀਅਮ ਜਿਹੜਾ ਚੱਲਦਾ ਫਿਰਦਾ ਤੇ ਵੱਡਾ ਇਕੱਠ, ਦਿਲ ਸੁੱਟਣ ਜੋਗੀ ਥਾਂ ਨਹੀਂ। ਔਰ ਪਹਿਲਾ ਸੈਮੀਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ। ਇਹ ਰਮਨਾ ਮੱਲੀਆਂ ਵਾਲਾ ਚਾਰ ਜਾਫਿਆਂ ਤੇ ਪਾਉਂਦਾ ਹੋਇਆ ਕਬੱਡੀ, ਕਮਲ ਟਿੱਬੇ ਵਾਲਾ ਕਰਦਾ ਕੋਸ਼ਿਸ਼ ਤੇ ਪੁਆਇੰਟ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦੇ ਹਿੱਸੇ। ਨਾੜ ਚੋਰ ਛਪਾਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਮਨਵੀ ਵੇਲੇ ਪਿਆਰਾ ਸੌਣ ਸਰਵਾ ਦਾ ਧੰਨਵਾਦ। ਜਲਾਲਪੁਰੀ ਹੈ, ਜਲਾਲਪੁਰੀ ਹੈ ਮੈਦਾਨ ਦੇ ਅੰਦਰ ਲਾਉਂਦਾ ਹੋਇਆ ਬਹੁਤ ਤਕੜਾ ਜਫਾ ਦੇ ਪੁਆਇੰਟ, ਜਵਾਨੀ ਦੇ ਨਿਸ਼ਾਨ ਕੱਟ ਡੌਲਿਆਂ ਤੇ ਦਿਸਦੇ, ਮੋਟੇ ਪੱਟਾਂ ਵਿੱਚ ਮਾੜਾ ਮੂੰਹੀ ਜ਼ੋਰ ਬੋਲਦਾ, ਵੱਡੀ ਮਿਹਨਤ ਲਾ ਕੇ ਖੁਰਾਕ ਖਾਧੀ ਹੋਵੇ ਗਰਾਊਂਡਾਂ ਵਿੱਚ ਖਿਡਾਰੀ ਦਾ ਮਨ ਨਹੀਂ ਅਡੋਲਦਾ, ਖੀਰਾਂ ਵਾਲ ਗੋਪੀ ਪਰਖ ਹੁੰਦਾ ਮੈਦਾਨਾਂ ਵਿੱਚ, ਚੜ੍ਹਦੀ ਜਵਾਨੀ ਵਿੱਚ ਜਿਹੜਾ ਖੂਨ ਹੋਵੇ ਖੌਲਦਾ। ਲਾ ਰੇਡ ਤੇ ਖੂਨ ਹੋਵੇ ਖੌਲਦਾ, ਪਾਲੇ ਦੇ ਲਈ 500 ਬਿੰਦਰ ਹਮੀਦੀ ਤੇ ਭਿੰਦਰ ਟੱਲੇਵਾਲ ਵੱਲੋਂ, 500 ਯਾਦ ਸਪੋਰਟਸ ਕਲੱਬ ਤੋਂ ਹੀਰਾ ਸਿੰਘ ਵੱਲੋਂ, 500 ਗੋਗੀ ਸੈਦੋਕੇ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ, 1500 ਤੇ 500 ਮੰਨਾ ਸੰਧੂ ਕਪੂਰੇ, ਅਮਨ ਸਰਪੰਚ ਸੁਖ ਪੱਤੋ, ਰੁਪਿੰਦਰ ਰਿੰਕੂ ਦੀ ਕਬੱਡੀ ਪੈ ਗਈ 2100 ਦੀ ਸੈਕਿੰਡ ਕਬੱਡੀ, ਮੈਨੂੰ ਲੱਗਦਾ 2100 ਦੀ ਤੀਜੀ ਕਬੱਡੀ ਆ ਮੱਖਣ ਦੀ ਜੀ। ਸੁੱਖਾ ਔਗੜ ਪ੍ਰਦੀਪ ਯੂਐਸਏ, ਸੋਨੀ ਯੂਐਸਏ, ਰਾਜੂ ਪੱਤੋ ਬੱਬੂ ਯੂਐਸਏ ਤੇ ਮਨਿੰਦਰ ਗਿੱਲ ਹੋਣਾ ਵੱਲੋਂ 2100 ਦੀ ਤੀਜੀ ਰੇਡ, ਵਾਹਿਗੁਰੂ 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 ਓਏ ਬਣ ਬਣ, 2100 ਦਾ ਸਫਲ ਜੇਤੂ ਬਣਿਆ ਨੌਜਵਾਨ ਮਾਨ ਸਨਮਾਨ। ਲਓ ਕਬੱਡੀ ਪਾਉਣ ਦੇ ਲਈ ਗੁਰਵਿੰਦਰ ਸਿੰਘ ਬੰਟੀ ਵਾਧਾ ਹੋਇਆ, ਹੱਠੀ ਪੱਠੀ ਗੱਲ ਤੁਰ ਪੈਂਦੀ ਚੰਗੇ ਪਲੇਅਰਾਂ ਦੀ, ਸੁਰਖਪੁਰ ਦੇ ਦੁੱਲੇ ਤੇ ਸੰਦੀਪ ਵਰਗੇ ਬੱਬਰ ਸ਼ੇਰਾਂ ਦੀ, ਆਪੇ ਤਾੜੀਆਂ ਵੱਜਣ ਲੱਖੇ ਗਾਜ਼ੀਪੁਰ ਦੀ ਰੇਡ ਤੇ, ਖਜ਼ਾਨੇ ਖਾਲੀ ਹੁੰਦੇ ਸੰਦੀਪ ਨੰਗਲੰਬੀਆਂ ਦੀ ਖੇਡ ਤੇ, ਬਿੱਟੂ ਦੁਗਾਲ 1 ਜਾਫ ਤੇ 10,000 ਲਾਵੇ,
ਕਿ ਮੰਗੀ ਬਾਗਾ ਦੁਨੀਆਂ ਵਿੱਚ ਕਿੰਗ ਜਾਫੀ ਕਹਾਵੇ। ਆ ਵੀ 2100 ਆਖਰੀ ਕਬੱਡੀ 2100 ਅਮਨ ਦੇ ਦੀ ਇੱਧਰ ਬੰਟੀ ਟਿੱਬੇ ਨੂੰ ਤਾਂ ਇੱਧਰ 2100 ਦਾ ਜੇਤੂ ਰਿੰਕੂ ਖਰੈਟੀ ਬਣਿਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਹੈ ਮੱਖਣ ਵਾਲੀ। ਆਹ ਸਾਹਮਣੇ ਇੱਧਰ ਦੇਖੀਏ ਤਾਂ ਪਿੰਡ ਜਿਹੜਾ ਹਲਕੜਾ ਹੈ, ਹਲਕੜਿਆਂ ਵਾਲਾ, ਕਹਿੰਦੇ ਤੌਲੀ ਆ ਗਿਆ ਵਧਾਉਣ ਦਾ ਮੇਲਾ ਵੀ ਜਿੱਤਿਆ। ਮੁੰਡੇ ਨੇ ਗੱਲਾਂ ਕਰਵਾਈਆਂ, ਬੱਲੇ ਬੱਲੇ ਕਰਵਾਈ ਆ। ਜਲਾਲਪੁਰੀਆ ਜਲਾਲਪੁਰੀਆ ਪਾਲਾ ਜਲਾਲਪੁਰੀਆ ਬਿੰਦਰ ਅਮਿਤੀ ਤੇ ਭਿੰਦਰ ਢੱਲੇਵਾਲ ਵੱਲੋਂ 500 ਯਾਦ ਸਪੋਰਟਸ ਕਲੱਬ ਤੋਂ ਹੀਰਾ ਸਿੰਘ ਵੱਲੋਂ ਪਾਲੇ ਦਾ ਜਫਾ ਦਿਲ ਜਾਨ ਨਾਲ ਕਰਦਾ, ਮਿਹਨਤਾਂ ਰੱਖਦਾ ਗਰਾਊਂਡਾਂ ਨਾਲ ਗੂੜੀ ਆ ਰਹੀ ਹੈ। ਜਲਾਲਪੁਰੀਆ ਪਾਲਾ ਅੜੀਏ ਕਬੱਡੀ ਦਾ ਬ੍ਰਾਂਡਡ ਖਿਡਾਰੀ ਹੈ, ਬ੍ਰਾਂਡਡ ਖਿਡਾਰੀ ਹੈ। ਚੌਧਰੀ ਇਮਰਾਨ ਹੋਣਾ ਨੇ ਬ੍ਰਾਂਡਡ ਖਿਡਾਰੀ ਨੂੰ ਬ੍ਰਾਂਡਡ ਟਰੈਕਟਰ ਦੇਣਾ। ਮੈਸ਼ੀ ਟਰੈਕਟਰ 10 ਮਾਰਚ ਨੂੰ ਮੇਰੇ ਵੀਰੋ ਮਾਨ ਸਨਮਾਨ ਪਾਕਿਸਤਾਨ ਦੀ ਧਰਤੀ ਤੇ ਜਲਾਲਪੁਰੀਆ ਪਾਲੇ ਦਾ ਹੋਵੇਗਾ। ਸੋਨੂੰ ਗੁੱਜਰ ਦੀ ਰੇਡ ਹੈ ਜਾਂ ਫਿਰ 4 ਨੇ, ਹੁਣ 4 ਦੇ ਵਿੱਚੋਂ ਕੌਣ ਫਰਿਆਦ ਅਲੀ ਫਰਿਆਦ ਅਲੀ ਪਾਲੇ ਜਲਾਲਪੁਰ ਦੇ ਲਈ 1000 ਰੁਪਇਆ। ਮੰਨਾ ਸੰਧੂ ਅਮਨ ਸਰਪੰਚ ਲੰਗਿਆਣਾ ਸੁੱਖ ਪੱਤੋ ਨਿਰਮਲ ਗਿੱਲ ਸ਼ੀਰਾ ਮੱਲਾ ਸੁੱਕਾ ਤਖਤੂਪਰਾ ਤੇ ਕੁਲਦੀਪ ਕਲੇਰ ਚੂੜ ਚੱਕੀਆ। ਸਾਈਂ ਵੇ ਸਾਡੀ ਫਰਿਆਦ ਤੇਰੇ ਤਾਏ। ਗੁਰਦਾਸ ਮਾਨ ਜੀ ਕਹਿੰਦੇ ਮੇਰੇ ਸਾਰੇ ਗੀਤਾਂ ਦਾ ਨਿਚੋੜ ਸਰਤਾਜ ਦਾ ਇੱਕੋ ਸਾਈਂ, ਸਾਡੀ ਫਰਿਆਦ ਤੇਰੇ ਤਾਈ ਉਹ ਲੈ ਗਿਆ ਖਿੱਚ ਕੇ। ਗਿੱਲ ਰੌਂਤਿਆਂ ਵਾਲਾ ਜਾਣਦਾ। ਸੋ ਰਮਜ਼ਾਂ ਗਾਇਕਾਂ ਦੀਆਂ ਕਲਾਕਾਰਾਂ ਦੀਆਂ, ਸੋ ਕਲਮ ਦੇ ਧਨੀ ਕਲਮਾਂ ਦੇ ਵਾਰਸਾਂ ਦਾ ਧੰਨਵਾਦ। ਹਾਫ ਸਮਾਂ 10ਵੀਂ ਸ਼ੀਰੇ ਅੰਕਾਂ ਦਾ ਵੀਰੋ ਆਪਾਂ ਸਾਂਝਾ ਕਰੀਏ। ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ। ਹਾਫ ਸਮੇਂ 'ਤੇ ਰੋਇਲ ਕਿੰਗ USA ਦੇ 19 ਪੁਆਇੰਟ ਨੇ ਔਰ ਸਰਹਾਲਾ ਰਣੂਆ ਦੇ 15.5 ਪੁਆਇੰਟ ਨੇ। ਅਪਰੋਕਸੀਮੇਟ 4 ਅੰਕਾਂ ਦੇ ਫਾਸਲੇ 'ਤੇ ਇਹ ਮੈਚ ਚੱਲ ਰਿਹਾ। ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਟੀਮ ਜਿੱਤੂਗੀ। ਤੁਸੀਂ ਇਸ ਮੈਚ ਦਾ ਆਨੰਦ ਮਾਣੋ, ਔਰ ਜੇਕਰ ਹੁਣ ਤੱਕ ਦਾ ਮੈਚ ਵਧੀਆ ਲੱਗਿਆ ਤਾਂ ਤਦ ਤੋਂ ਆਪਦਾ ਬਟਨ ਕਲਿੱਕ ਕਰ ਸਕਦੇ ਹੋ। ਇੰਜੋਏ ਕਰੋ ਮੈਚ ਨੂੰ। ਨਾਰ ਚੋਰ ਛਪਾਰ ਵਾਲਾ ਜਗਦੀਪ ਸਿੰਘ ਨਾਮ ਹੈ ਮੁੰਡੇ ਦਾ, ਇਹਨੂੰ ਨਾਰ ਚੋਰ ਕਹਿੰਦੇ ਪਿਆਰ ਦੇ ਨਾਲ। ਛਪਾਰ ਵਾਲਾ ਪ੍ਰਸਿੱਧ ਪਿੰਡ ਹੈ ਜ਼ਿਲ੍ਹਾ ਲੁਧਿਆਣੇ ਦਾ। ਲਾਲ ਲੁਧਿਆਣੀਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵੱਧ ਗਿਆ ਨਾਰ ਚੋਰ, ਔਰ ਦੂਸਰੇ ਪਾਸੇ ਹੁਸ਼ਿਆਰਾ ਬੋਪੁਰੀ ਹੈ ਲੱਗਣ ਦੀ ਕੋਸ਼ਿਸ਼ ਕਰਦਾ, ਪਰ ਨਾਰ ਚੋਟ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ। ਅਗਲੀ ਕਬੱਡੀ ਭਲੂਰ ਵਾਲੇ ਦੀ ਮੈਦਾਨ ਦੇ ਅੰਦਰ ਪੈਂਦੀ ਹੋਈ। 4 ਨੌਜਵਾਨ ਇਧਰ ਪਾਸੇ ਤਿਆਰੀ ਦੇ ਵਿੱਚ ਨੇ, ਯੋਜਨਾਬੰਦੀ ਬਣੀ ਹੋਈ, ਰਣਨੀਤੀ ਬਣੀ ਹੋਈ, ਰਣਨੀਤੀ ਬਣੀ ਹੋਈ ਹੈ ਮੇਰੇ ਵੀਰਿਓ। ਇਹ ਕੰਪਿਊਟਰ ਤੇ ਚੱਲਣ ਵਾਲੀ ਸਟਾਪ ਲਾਈਨ ਹੈ। ਅਰਸ਼ੀ ਭਲੂਰ ਵਾਲੇ ਦੀ ਰੇਡ ਹੈ ਜਾਂ ਫਿਰ 4 ਨੇ ਮਲੂਕ ਤੇ ਫਰਿਆਦ, ਦੋਨੋਂ ਸਕੇ ਵੀਰ ਇੱਕੋ ਮਾਂ ਦੇ ਪੇਟੋਂ ਜਨਮ ਲਿਆ ਫਕੀਰ ਹੁਸੈਨ ਦੇ ਘਰ। ਆਓ ਸਾਹਮਣੇ ਪੁਆਇੰਟ ਰੇਡਰ ਦਾ ਹਿੰਦਰਪਾਲ ਦਾ ਫੈਸਲਾ ਹੈ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਹੈ। ਔਰ ਅਗਲੀ ਰੇਡ ਰਿੰਕੂ ਖਰੈਟੀ ਦੀ, ਇੱਧਰ ਕਹਿੰਦੇ ਰਿੰਕੂ ਖਰੈਟੀ ਅਗਲੀ ਰੇਡ ਪਾ ਰਿਹਾ ਹੈ। ਗੁਰਮੇਲ ਮੇਲੋ ਕਹਿੰਦਾ ਰੁਕ ਜਾਓ ਥੋੜਾ, ਪਰ ਗੱਲ ਸਮੇਂ ਦੀ ਹੋਣੀ ਹੈ। ਰਿੰਕੂ ਖਰੈਟੀ ਦੀ ਪਈ ਹੋਈ ਰੇਡ ਹੈ ਜਾਂ ਫਿਰ 4 ਨੇ ਹੁਸ਼ਿਆਰਾ ਪੋਪਰੀਆ ਨਾਲ ਜੀਤ ਕੋਟ ਲਈ ਹੈ। ਜਲਾਲਪੁਰ ਦਾ ਪਾਲਾ ਤੇ ਵਾਹਿਗੁਰੂ ਸਿੱਚੇਵਾਲ ਦਾ ਤੇ ਡਬਲ 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 ਟੱਚ ਦਾ ਇਸ਼ਾਰਾ। ਟਾਈਮਿੰਗ ਬੜੀ ਜ਼ਰੂਰੀ ਹੈ, ਟਾਈਮਿੰਗ। ਰਮਨਾ ਭਲਵਾਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੱਲੀਆ ਵਾਲਾ ਮੈਦਾਨ ਦੇ ਵਿੱਚ ਆਉਂਦਾ ਹੋਇਆ ਖੜਾ। ਗਿੱਲ ਰੌਂਤੇ ਵੱਲੋਂ 1000 ਰੁਪਇਆ ਆਇਆ ਵੀ ਜਦੋਂ ਪਾਲਾ ਜੱਫਾ ਲਾ ਦੇ ਮੱਖਣ ਵਾਲੀ ਜੀ। ਗਿੱਲ ਰੌਂਤੇ ਵਾਲਾ ਕਹਿੰਦਾ ਵੀ 1000 ਰੁਪਇਆ ਆਪਾਂ ਦੇਣਾ, ਕਹਿੰਦਾ ਮੈਨੂੰ ਖੇਡ ਬੜੀ ਪਸੰਦ ਹੈ। ਲੈ ਵੀ ਗਿੱਲ ਰੌਂਤੇ ਵਾਲਿਆ, ਬਾਰ ਬਾਰ ਬੇਨਤੀਆਂ ਬਹੁਤ ਵਾਰੀ ਕੀਤੀਆਂ, ਇੱਕ ਕਬੱਡੀ ਤੇ ਗੀਤ ਤੇਰੇ ਤੋਂ ਜ਼ਰੂਰ ਲਿਖਵਾਉਣਾ। ਔਰ ਸਾਹਮਣੇ ਵੇਖਦਾ ਵੀ ਕਬੱਡੀ ਰਮਨਾ ਮੱਲੀਆਂ ਵਾਲਾ, ਰਮਨਾ ਫਰਿਆਦ
ਫਰਿਆਦ ਸ਼ਕਰਪੁਰੀ ਹੈ। ਵੱਖ ਵੱਖ ਜਦੋਂ ਦਾ ਮਾਰਦਾ ਲੱਗੇ ਮੇਰਾ ਬਿੱਟੂ ਨੀ ਦੁਗਾਲ ਬੱਲੀਏ, ਤਕੜੇ ਧਾਵੀਆਂ ਨੂੰ ਰੋਕਦਾ ਮੈਦਾਨਾਂ ਵਿੱਚ ਕਰੇ ਵੱਡੀ ਹੀ ਪੈਦਾ ਮਿਸਾਲ ਬੱਲੀਏ। ਸ਼ਕਰਪੁਰੀ ਫਰਿਆਦ ਦਾ ਸਟਾਈਲ ਵੱਖਰਾ, ਖੇਡਦਾ ਕਬੱਡੀ ਮੁੰਡਾ ਨੀ ਕਮਾਲ ਬੱਲੀਏ, ਖੇਡਦਾ ਕਬੱਡੀ ਨੀ ਮੁੰਡਾ ਨੀ ਕਮਾਲ। ਜਲਾਲਪੁਰੀਆ ਆ ਪਾਲਿਆ ਫੜ ਵੀ ਭਾਈ 1000 ਰੁਪਇਆ ਗਿੱਲ ਰੌਂਟੇ ਵਾਲੇ ਵੱਲੋਂ ਹੈ, 500 ਬਿੰਦਰ ਹਮੀਦੀ ਤੇ ਭਿੰਦਰ ਟੱਲੇਵਾਲ ਵੱਲੋਂ, 500 ਆਜ਼ਾਦ ਸਪੋਰਟਸ ਕਲੱਬ ਤੋਂ ਹੀਰਾ ਸਿੰਘ ਵੱਲੋਂ, ਸ਼ਰਾਬੀ ਹੋਣੀ ਸਾਡੇ ਬੱਬੀ ਵੀਰ ਹੋਣੀ ਪੁੱਜੇ ਹੋਏ ਹੈ, ਬਹੁਤ ਬਹੁਤ ਧੰਨਵਾਦ। ਔਰ ਸਾਹਮਣੇ ਵੇਖਦਾ ਕਬੱਡੀ ਬੰਟੀ ਦੀ, ਟਿੱਪੇ ਵਾਲਾ ਬੰਟੀ, ਕੋਲੀਆਂ ਵਾਲਦਾ ਬੰਟੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜਾਂ ਫਿਰ 4 ਤੇ ਪੁਆਇੰਟ ਪੁਆਇੰਟ ਰੇਡਰ ਦਾ ਪੁਆਇੰਟ ਬੰਟੀ ਦਾ। ਪੁਆਇੰਟ ਬੰਟੀ ਦਾ ਜੱਗੂ ਤਿਆਰ ਹੈ। ਜਗਰੂਪ ਸਿੱਧੂ ਗੈਲਾ USA, ਨਾਜਰ ਸਿੰਘ ਜੀ ਸੋਤਾ ਪਾਲੇ ਨੂੰ 1000 ਰੁਪਏ ਤੇ ਲਗਾਤਾਰ ਜੇ 3 ਜਫੇ ਲੱਗਣਗੇ ਤੇ 10000 ਰੁਪਏ ਆਊਗਾ ਜਲਾਲਪੁਰੀ ਪਾਲੇ ਦੇ ਵਾਸਤੇ ਜਗਰੂਪ ਸਿੱਧੂ ਗੈਲਾ, ਤੇ ਜੇ 4 ਲੱਗ ਗਏ ਤੇ 20000 ਦਿੱਤੇ ਜਾਣਗੇ ਜਗਰੂਪ ਸਿੱਧੂ ਜੀ ਗੈਲਾ, ਨਾਜਰ ਸਿੰਘ ਜੀ ਸੋਤਾ ਪੁਨੋ ਮਜਾਰਾ ਵਾਲੇ, ਤੇ 1000 ਪਹਿਲਾਂ ਦੇ ਚੁੱਕੇ ਨੇ। ਔਰ ਦੂਜੇ ਜਫੇ ਦੇ ਕਹਿੰਦੇ 5000, ਪਹਿਲੇ ਤੇ 1000, ਦੂਜੇ ਤੇ 5000, ਤੀਜੇ ਤੇ 10000 ਤੇ ਚੌਥੇ ਜਫੇ ਦੇ 20000। ਹੁਣ ਕਹਾਣੀ ਸਮਝ ਆਈ ਜੀ, ਸੋ ਧੰਨਵਾਦ ਹੈ ਜਗਰੂਪ ਜੀ ਉਹਨਾਂ ਦਾ, ਨਾਜਰ ਸਿੰਘ ਜੀ ਸੋਤਾ ਸਾਹਿਬ ਉਹਨਾਂ ਦਾ, ਵੱਡੇ ਖੇਡ ਪ੍ਰਮੋਟਰ ਅੱਜ ਆਏ ਹੋਏ ਆ, ਬਹੁਤ ਬਹੁਤ ਧੰਨਵਾਦ ਹੈ ਨਾਜਰ ਸੋਤਾ, ਜਗਰੂਪ ਬਿੱਟੂ ਉਹਨਾਂ ਦਾ, ਭਿੰਦਰ ਟੱਲੇਵਾਲ ਉਹਨਾਂ ਦਾ, ਸੋਨੀ ਉਹਨਾਂ ਦਾ, ਸੁੱਖਾ ਔਗੜ ਉਹਨਾਂ ਦਾ, ਸ਼ਿੰਦਾ ਚਿਰਵਾਲ ਰਾਜ ਪਤਨੀ ਤੇ ਕੌਕਿਆਂ ਵਾਲਾ ਬਾਜ, ਅਮਨ ਸਾਡਾ ਵੀਰ ਲੰਗਿਆਣੇ ਵਾਲਾ USA ਤੋਂ ਵੀ ਚੇਚੇ ਤੌਰ ਤੇ ਆਇਆ, ਜਗਮੀਤ ਔਕੜਾਂ ਵਾਲਾ ਹੈ ਕਮਿੱਕਰ ਔਕੜ ਦੇ ਪਿੰਡ ਤੋਂ, ਸੁੱਖੇ ਔਕੜਾਂ ਵਾਲੇ ਦੇ ਪਿੰਡ ਤੋਂ ਨੌਜਵਾਨ ਸਾਡਾ ਵੀਰ, ਉਹ ਵੀ ਚੇਚੇ ਤੌਰ ਤੇ ਪੁੱਜਿਆ, ਗੁਰਮੀਤ ਬੰਬੀਹੇ ਉਹਨਾਂ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੁਲਦੀਪ ਹੁਣਾਂ ਦਾ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨ, ਸੈਂਟਰਲ ਵੈਲੀ ਦੀ ਖੇਡ ਕਲੱਬ, ਦੋ ਪ੍ਰਮੋਟਰ ਇਕੱਠੇ ਬੈਠੇ ਨੇ, ਗਵਾਂਢੀ ਸ਼ਹਿਰ ਨੇ ਅਮਰੀਕਾ ਦੇ, ਕਦੇ ਮਿਨਿਸਟਰ ਤੇ ਕਦੇ ਫੈਜ਼ਲੋ, ਕਦੇ ਸੈਕਰਾਮੈਂਟੋ ਸੈਨ ਹੋ ਜੇ ਬੱਗੇ ਬੜੀਏ ਦੁੱਲੇ ਦਾ ਸ਼ਹਿਰ, ਤੇ ਕਦੇ ਸੈਕਰਾਮੈਂਟੋ ਤੇ ਕਦੇ ਕਹਿੰਦੇ ਯੂਬਾ ਸਿਟੀ ਸ਼ੱਬੇ ਥਿਆੜੇ ਦੀ ਟੀਮ ਦਾ ਖਿਡਾਰੀ ਰੇਡ ਪਾਉਣ ਦੇ ਵਾਸਤੇ ਸੈਦੋਲੀ ਆ ਜੱਗੂ, ਔਰ ਦੂਸਰੇ ਪਾਸੇ ਬੋਪਰੀਆ ਹੁਸ਼ਿਆਰ ਆ। ਲਓ ਕਬੱਡੀ 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 ਕਬੱਡੀ, ਆਓ ਪੁਆਇੰਟ ਰਾਇਲ ਕਿੰਗ USA ਦਾ ਬਈ, ਜਿਹਨੂੰ ਜਿਹਨੂੰ ਜੱਗੂ ਸੈਦੋਵਾਲੀਏ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ। ਸੈਦੋਵਾਲ ਜ਼ਿਲ੍ਹਾ ਕਪੂਰਥਲੇ ਦਾ ਬੜਾ ਮਸ਼ਹੂਰ ਪਿੰਡ ਹੈ, ਕੋਚ ਫੈਕਟਰੀ ਦਾ ਏਰੀਆ ਹੈ, ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ। ਲਓ ਕਬੱਡੀ ਪਾਉਣ ਦੇ ਵਾਸਤੇ ਅਰਸ਼ੂ ਭਲੂਰ ਵਾਲਾ ਵੱਧਾ ਹੋਇਆ, ਅਰਸ਼ੂ ਭਲੂਰ ਵਾਲਾ, ਅਰਸ਼ਦੀਪ ਸਿੰਘ ਅਰਸ਼ੂ ਭਲੂਰ ਵਾਲਾ ਇਸ ਵੇਲੇ ਪੁਆਇੰਟ ਦਾ ਵਾਧਾ ਕਰ ਗਿਆ। ਜਗਦੀਪ ਸਿੰਘ ਸੇਖੋ, ਨਾਟ ਝੋਟ ਕਬੱਡੀ ਦਾ, ਨਾਟ ਝੋਟ ਛਪਾਰ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ, ਜਲਾਲਪੁਰੀਏ ਪਾਲੇ ਦੇ ਨਾਲ ਮੁਕਾਬਲਾ ਹੈ, ਪਾਲਾ ਤੇ ਨੌਜਵਾਨ, ਨਾਟ ਝੋਟ, ਨਾਟ ਝੋਟ ਤੇ ਪਾਲਾ, ਪਾਲਾ ਤੇ ਨਾਟ ਝੋਟ, 1000 ਪਹਿਲਾ ਰਫਾ, 1000 ਜੇ ਦੂਸਰਾ ਲੱਗ ਗਿਆ ਤੇ 5000, ਜੇ ਤੀਸਰਾ ਲੱਗ ਗਿਆ ਤੇ 10000, ਜੇ ਚੌਥਾ ਵੀ ਲੱਗ ਗਿਆ ਤੇ ਫਿਰ 20000 ਸਿੱਧਾ, ਜੇ ਪੰਜਵਾਂ ਵੀ ਲੱਗ ਗਿਆ ਤੇ ਫਿਰ
25,000 ਹੋਣਾ ਮੇਰੇ ਵੀਰੋ। ਬਿੱਟੂ ਨੇ ਵੀ ਐਨ ਗੱਲ ਕਰ ਦਿੱਤੀ ਹੈ ਵੱਖਰੀ। ਔਰ ਸਾਹਮਣੇ ਰਮਨਾ ਮੱਲੀਆਂ ਵਾਲਾ ਕਬੱਡੀ ਪਾ ਰਿਹਾ, ਚਾਰ ਜਾਫੀ ਨੇ, ਟਿੱਬੇ ਵਾਲਾ ਕਮਲ ਕਮਲ। ਗੁਰਮੀਤ ਸਿੰਘ ਜੀ ਭਾਈ ਰੂਪਾ ਇਟਲੀ ਤੋਂ ਵੀ ਚੇਚੇ ਤੌਰ 'ਤੇ ਆਏ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਈ ਰੂਪਾ ਨਗਰ ਦੁਨੀਆ ਦੇ ਵਿੱਚ ਪ੍ਰਸਿੱਧ ਹੈ, ਮਾਸਟਰ ਗੁਲਜ਼ਾਰ ਸਿੰਘ ਜੀ ਉਹਨਾਂ ਦਾ ਬਾਗਾ ਭਾਈ ਰੂਪੇ ਦਾ, ਜੇ ਉਹ ਬਾਗਾ ਮੱਲ ਕੇ ਨਾ ਲਾਉਂਦਾ ਜੱਫੇ ਗਰਮੀ ਖਾ ਕੇ। ਸਿੰਘ ਫਸ ਗਏ, ਕਬੱਡੀ ਕਬੱਡੀ ਕਬੱਡੀ, ਵਾਹ ਕੋਟਲੀ ਵਾਲਿਆ, ਵਾਹ ਕੋਟਲੀ ਵਾਲਿਆ। ਰਵਿੰਦਰ ਕੋਟਲੀ ਪੰਜ ਸੌ ਆਜ਼ਾਦ ਕਲੱਬ ਪੱਤੋਂ ਵੱਲੋਂ, 500 ਬਿੰਦਰ ਹਮੀਦੀ ਤੇ ਭਿੰਦਰ ਟੱਲੇਆਲ ਵੱਲੋਂ, ਸੁੱਖੇ ਔਗਣ ਹੋਣਾ ਵੱਲੋਂ, ਫੜ ਵੀ ਨਾ ਜਾਣਾ 1,000 ਰੁਪਇਆ। ਆਓ ਗੋਲੀਆਂ ਵਾਲਾ ਬੰਟੀ, ਆਓ ਫਰਿਆ ਆਜ਼ਾਦ ਕਲ ਕਲਾ ਤੇ ਸ਼ਾਹਕੋਟ ਲਾਇਨਸ। ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਆ ਗਿਆ ਸੈਦੋ ਵਾਲੀ ਹੈ, ਲੋਕਾਂ ਦੇ ਵਿੱਚ ਹੁੱਲੇ ਹੁਲਾ ਰਹੇ ਨੇ ਵੀ ਮੁੰਡਾ ਬੜਾ ਤਿੱਖਾ ਜਿਹਾ ਕਬੱਡੀ ਖਿਡਾਰੀ ਹੈ। ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਜੱਗੂ ਸੈਦੋ ਵਾਲੀ ਆ, ਦਰੇਰੀ ਨਾਲ ਖੇਡਦਾ, ਆਤਮ ਵਿਸ਼ਵਾਸ ਦੇ ਨਾਲ ਖੇਡਦਾ। ਆਓ ਪੜ ਪੜ ਤਾਵੀਦ ਲਓ, ਜਗਰੂਪ ਜਗਰੂਪ ਵੱਲੋਂ ਇੱਕ ਵੱਡੀ ਗੱਲ ਖੇਡ ਕਬੱਡੀ ਦੇ ਲਈ ਮੱਖਣ ਅਲੀ ਜੀ। ਹਰ ਇੱਕ ਚਿੰਤਤ ਸੀ, ਹਰ ਇੱਕ ਟੂਰਨਾਮੈਂਟ ਦੇ ਟੌਪ ਟੈਸਟ ਹੁੰਦੇ ਆ ਖਿਡਾਰੀਆਂ ਦੇ। ਇਹ ਬਹੁਤ ਵਧੀਆ ਫੈਸਲਾ ਫੈਡਰੇਸ਼ਨਾਂ ਦਾ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਅੱਜ ਵੀ ਟੌਪ ਟੈਸਟ ਕੀਤੇ ਜਾ ਰਹੇ ਆ। ਔਰ ਅਰਸ਼ ਭਲੂਰ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ। ਬਈ ਚੰਗਿਆਣੇ ਦਾ ਕਬੱਡੀ ਕੱਪ ਕਿਹਨੂੰ ਕਿਹਨੂੰ ਵਧੀਆ ਲੱਗਿਆ, ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ। ਲੈ ਵੀ ਜਿੱਤਿਆ, ਦੁਨੀਆ ਖੁਸ਼ ਹੈ, ਦਰਸ਼ਕ ਖੁਸ਼ ਨੇ, ਆ ਲੋਕ ਖੁਸ਼ ਨੇ। ਜੇ ਲੋਕ ਖੁਸ਼ ਹੈ ਤੇ ਰੱਬ ਖੁਸ਼ ਹੈ। ਔਰ ਸਾਹਮਣੇ ਵੇਖਣਾ ਵੀ ਨੌਜਵਾਨ ਰਿੰਕੂ ਖਰੈਟੀ, ਕਬੱਡੀ 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 ਕਬੱਡੀ, ਇਕੱਲੇ ਨੂੰ ਇਕੱਲੇ ਵਾਲੀ ਖੇਡ ਹੈ ਜਵਾਨਾ। ਰਿੰਕੂ ਖਰੈਟੀ, ਵਾਹ ਰਿੰਕੂ। ਅਗਲੀ ਰੇਡ ਘੱਲ ਕਲਾਂ ਤੇ ਸ਼ਾਹਕੋਟ ਲਾਈਨ, ਆਜ਼ਾਦ ਘੱਲ ਕਲਾਂ ਤੇ ਸ਼ਾਹਕੋਟ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਬਿੰਦੂ ਫਰਾਲਾ ਕਹਿੰਦਾ 17 ਫਰਵਰੀ ਨੂੰ ਰੌਣਕਾਂ ਰੁੜਕੇ ਦੇ ਵਿੱਚ ਲੱਗਣਗੀਆਂ। ਆਓ ਸਾਹਮਣੇ ਰਮਨਾ, ਰਮਨਾ ਤੇ ਫਰਿਆਦ, ਰਮਨਾ ਤੇ ਫਰਿਆਦ। ਸੈਕਿੰਡ ਵਾਟਰ ਬ੍ਰੇਕ ਜੀ, ਸੈਕਿੰਡ ਵਾਟਰ ਬ੍ਰੇਕ ਚੱਲਦੇ ਹੋਏ ਮੁਕਾਬਲੇ ਦੀ ਜਿਹੜੀ ਹੋ ਚੁੱਕੀ ਹੈ। 7 ਤਰੀਕ ਨੂੰ ਬੱਲੋ ਮਾਜਰੇ ਦੇ ਵਿੱਚ ਰੌਣਕਾਂ ਲੱਗਣਗੀਆਂ, ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲੱਗਣਾ। 8 ਤਰੀਕ ਮਲੇਰਕੋਟਲੇ ਦੀ, 9 ਤਰੀਕ ਸਰਾਲਾ ਰਣੂਆ ਦੀ, 10 ਤਰੀਕ ਟੱਫਰ ਦੀ, ਔਰ 12 ਤਰੀਕ ਬੜੇ ਪਿੰਡ ਦੇ ਕਬੱਡੀ ਕੱਪ ਦੀ ਖੇਡੀ ਜਾਣੀ ਹੈ। ਔਰ ਸਾਹਮਣੇ ਵੇਖਣਾ ਵੀ ਕਬੱਡੀ ਜੱਗੂ ਸੈਦੋ ਵਾਲੀਏ ਦੀ, 11 ਫਰਵਰੀ ਕੁਹਾਲੇ ਦੇ ਵਿੱਚ ਰੌਣਕਾਂ ਲੱਗਣਗੀਆਂ। ਸੋਢੀ ਨਾਗਰੇ ਉਹਨਾਂ ਵੱਲੋਂ ਸੱਦਾ ਹੈ। ਆਓ ਸਾਹਮਣੇ, ਇਹਨੂੰ ਹੁਸ਼ਿਆਰਾ ਕਹਿੰਦੇ ਹੈ। ਲੈ ਵੀ ਹੁਸ਼ਿਆਰੇ ਦੇ ਲਈ ਮੰਨੇ ਸੰਧੂ ਹੋਣਾ ਵੱਲੋਂ ਟੋਨਿਆ, ਅਮਨ ਬਰਾੜ ਹੋਣਾ ਵੱਲੋਂ, ਸੁੱਖ ਹੋਣਾ ਵੱਲੋਂ, ਨਿਰਮਲ ਹੋਣਾ ਵੱਲੋਂ 1,000, 500 ਬਿੰਦਰ ਤੇ ਭਿੰਦਰ ਟੱਲੇਵਾਲ ਵੱਲੋਂ। ਸੁਖਜੀਤ ਸਿੰਘ ਔਗੜ, ਸੋਰੀ ਸੁਖਜੀਤ ਸਿੰਘ ਟੱਲੇਵਾਲ, ਉਹਨਾਂ ਵੱਲੋਂ ਵੀ ਮਾਇਆ ਦੇ ਗੱਫੇ ਤੇ 500 ਆਜ਼ਾਦ ਕਬੱਡੀ ਕਲੱਬ ਵੱਲੋਂ। ਸੁੱਖੇ ਹੋਣਾ ਵੱਲੋਂ 500 ਦੇ ਮਾਨ ਸਨਮਾਨ, ਸੁੱਖਾ ਉਗੜ ਜੀ ਤੇ ਪ੍ਰਦੀਪ ਯੂਐਸਏ, ਸੋਨੀ ਯੂਐਸਏ, ਰਾਜੂ ਪੱਤੋ, ਬੱਬੂ ਯੂਐਸਏ ਤੇ ਵਰਿੰਦਰ ਹੋਣਾ ਵੱਲੋਂ 500 ਦੇ ਮਾਨ ਸਨਮਾਨ ਦਿੱਤੇ ਗਏ ਨੇ। ਬਹੁਤ ਬਹੁਤ ਧੰਨਵਾਦ, ਖਿਡਾਰੀਆਂ ਦੇ ਵੱਡੇ ਮਾਨ ਸਨਮਾਨ ਕੀਤੇ ਜਾ ਰਹੇ ਨੇ। ਲਓ ਕਬੱਡੀ ਪਾਉਂਦੇ ਰਿੰਕੂ ਤੇ ਦੂਸਰੇ ਪਾਸੇ ਜਲਾਲ ਪੁਜੀ ਦਾ ਮੁਕਾਬਲਾ, ਰਿੰਕੂ ਖਰੈਟੀ ਹਰਿਆਣੇ ਵਾਲਾ।
ਜਦੋਂ ਵੱਡੇ ਖਿਡਾਰੀ ਕੋਲ ਨੰਬਰ ਲਿਆ ਜਾਂਦਾ ਤੇ ਫਿਰ ਹੁੱਲੇ ਹੁਲਾਰੇ ਨੇ, ਵੱਡਾ ਜਦੋਂ ਮੱਲ ਫੜਿਆ ਜਾਂਦਾ ਫਿਰ ਕਬੱਡੀ ਦੇ ਪ੍ਰੇਮੀਆਂ ਦੇ ਹੋਰ ਹੁੱਲੇ ਹੁਲਾਰੇ ਉਹ ਕਬੱਡੀ ਪਾਉਣ ਦੇ ਲਈ। ਪਿੰਡਾ ਬਰਾੜ ਕੋਟਲਾ ਮੇਹਰ ਸਿੰਘ ਵਾਲਾ ਉਹ ਵੀ ਚੇਚੇ ਤੌਰ ਤੇ ਸਾਡੇ ਦਰਮਿਆਨ ਅੱਜ ਦੇ ਕਬੱਡੀ ਕੱਪ ਦੇ ਵਿੱਚ ਆਇਆ ਸਾਡਾ ਵੀਰ ਹੈ ਪਿੰਡੇ ਬਰਾੜ ਹੋਣਾ ਦਾ ਧੰਨਵਾਦ। ਫਰਿਆਦ ਅਲੀ ਚੌਹਾਨ ਸਾਹਿਬ ਨੇ ਲਿਖਿਆ ਸੀ ਕਿ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਆ ਖਾ ਕੇ ਖੁਰਾ ਕੇ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾ ਕੇ ਮਿੱਤਰੋ। ਸਿੱਧ ਵਾਲੀਆ ਜੱਗੂ ਐਨ ਸਾਰੇ ਦਾ ਵੀ ਜਾਣਦਾ ਦਲੇਰੀ ਵੀ ਜਾਣਦਾ ਲਾ ਪਈ ਹੋਈ ਜੱਗੂ ਦੀ ਰੇੜ ਤੇ ਕੌਣ ਵਾਹਿਗੁਰੂ ਵਰਗੇ ਤਿਆਰ ਵਰ ਤਿਆਰ ਅੱਗੇ ਵੱਧ ਕੇ ਕਿੱਦਾਂ ਰੇੜ ਪੈਂਦੀ ਹੈ ਫਲਾ ਕੇ ਬਾਹਾਂ ਤਾਂ ਹੀ ਲੋਕੋ ਕਿਹੜਾ ਹੁਸ਼ਿਆਰੀ ਨਾਲ ਟੱਚ ਲਾ ਕੇ ਭੱਜਦਾ ਕਿਹਦੀ ਡਾਜ ਕਿੱਦਾਂ ਦੀ ਕਿਹਦੀ ਭਾਜ ਕਿੱਦਾਂ ਦੀ ਕਿਹੜਾ ਸਿੱਧਾ ਜਾਫੀ ਦੀ ਹਿੱਕ ਵਿੱਚ ਵੱਜਦਾ ਮੂਹਰੇ ਕਿਵੇਂ ਖੜਦਾ ਕੋਈ ਜੀਨੀ ਦੀਵਾਰ ਵਾਂਗੂ ਮਾਰ ਮਾਰ ਧੌਲਾ ਕੋਈ ਅੱਗ ਕਿਵੇਂ ਕੱਢਦਾ ਕਿੱਦਾਂ ਗੁੱਟ ਫੜ ਹੁੰਦਾ ਕਿੱਦਾਂ ਕੈਂਚੀ ਯਾਰੋ ਲੱਗਦੀ ਕਿੱਦਾਂ ਬੰਦਾ ਭੱਜ ਭੱਜ ਬੰਦੇ ਵਿੱਚ ਵੱਜਦਾ ਉਤਾਰ ਕੱਪੜੇ ਆਉਣਾ ਪੈਂਦਾ ਕਬੱਡੀ ਦੇ ਮੈਦਾਨ ਵਿੱਚ ਸਭ ਕਾਸੇ ਦਾ ਫੇਰ ਪਤਾ ਲੱਗਦਾ ਹਾਂ ਫੇਰ ਪਤਾ ਲੱਗਦਾ ਖਾਧੀਆਂ ਖੁਰਾਕਾਂ ਦਾ ਕੀਤੀਆਂ ਮਿਹਨਤਾਂ ਦਾ। ਅਰਸ਼ ਭਲੂਰ ਵਾਲਾ ਭਲੂਰ ਵਾਲਾ ਅਰਸ਼ ਕਬੱਡੀ ਪਾ ਕੇ ਭਾਂਡ ਲੈ ਕੇ ਵਾਪਸ ਗਿਆ। ਅਗਲੀ ਰੇਡ ਰਿੰਕੂ ਖਰੈਟੀ ਦੀ ਰਿੰਕੂ ਖਰੈਟੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ। 26 ਫਰਵਰੀ ਆਉਣੀ ਹੈ ਦੁੱਲੇ ਵਾਲੇ ਦੇ ਟੂਰਨਾਮੈਂਟ ਦੀ ਬਾਬਾ ਭਾਈ ਮਨੀ ਸਿੰਘ ਯਾਦਗਾਰੀ ਮੇਰੇ ਵੀਰੋ ਸਪੋਰਟਸ ਕਲੱਬ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ। ਰਿੰਕੂ ਖਰੈਟੀ ਦੀ ਕਬੱਡੀ ਹੈ ਚਾਰ ਨੇ ਆਹ ਚਾਰਾਂ ਦੇ ਵਿੱਚੋਂ 2 ਨੰਬਰ ਤੇ ਹੁਸ਼ਿਆਰਾ ਵਾਪਰੀਆ ਕੋਚਾਂ ਦਾ ਬੜਾ ਜ਼ੋਰ ਲੱਗ ਜਾਂਦਾ ਹੈ। ਲਾਲੀ ਦੇ ਐਕਸ਼ਨ ਦੇਖਣ ਯੋਗ ਹੁੰਦੇ ਹੈ ਬਿੰਦੂ ਦੇ ਐਕਸ਼ਨ ਵੇਖਣ ਯੋਗ ਹੁੰਦੇ ਹੈ। ਰਮਨਾ ਰਮਨਾ ਮੱਲੀ ਅਮਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਐਨ ਤੂੜ ਉਭਰੀ ਹੋਈ ਠੱਠ ਵੱਜਾ ਪਿਆ ਜੰਗੀਆਣੇ ਦਾ ਦੂਸਰਾ ਅਮਰੀਕਾ ਕਬੱਡੀ ਕੱਪ ਪਰਜੋ ਬੰਦੇ ਉੱਪਰ ਪਈ ਹੋ ਰੇਤ ਆਓ ਖਿਲਾਰੇ ਪਾਉਂਦਾ ਨੌਜਵਾਨ ਪੁਆਇੰਟ ਜੁੜਨ ਦੇ ਵਿੱਚ ਕਾਮਯਾਬ। ਜੱਗੂ ਫੇਰ ਆ ਗਿਆ ਦਰਸ਼ਕ ਵੀਰੋ ਉਹ ਕੌਣ ਆ ਗਿਆ ਜੱਗੂ ਸੈਦੋ ਵਾਲੀ ਹੈ ਪਾਲੇ ਨਾਲ ਮੁਕਾਬਲਾ ਹੋਊ ਕਿ ਨਹੀਂ ਆਓ ਵਾਹਿਗੁਰੂ 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 ਸੀਚੇਵਾਲ ਦਾ ਮੁੰਡੇ ਦਾ ਨਾਮ ਵਾਹਿਗੁਰੂ ਤਾੜੀਆਂ ਮਾਰ ਦਿਓ ਵਾਹਿਗੁਰੂ ਦੇ ਵਾਸਤੇ ਜ਼ੋਰਦਾਰ ਵਾਲਾ ਖਿਡਾਰੀ ਹੈ ਕਿੰਨਾ ਸੋਹਣਾ ਨਾਂ ਰੱਖਿਆ ਸੰਤ ਬਲਵੀਰ ਸਿੰਘ ਹੋਣਾ ਨੇ ਚੁਣ ਕੇ ਨਾਂ ਰੱਖਿਆ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਦੇ ਵਿੱਚੋਂ ਇੱਕ ਨਾਂ ਜਿਹੜਾ ਹੈ ਉਹ ਨਾਂ ਦਿੱਤਾ ਵਾਹਿਗੁਰੂ ਮੇਰੇ ਵੀਰੋ ਇਸ ਖਿਡਾਰੀ ਨੂੰ ਵੱਡਾ ਮਾਣ ਹੈ। ਔਰ ਸਾਹਮਣੇ ਸ਼ਾਹਕੋਟ ਵੀ ਤਿਆਰ ਹੈ ਘਲ ਕਲਾਂ ਵੀ ਤਿਆਰ ਹੈ ਔਰ ਆਹ ਮੈਚ ਵੀ ਮੇਰੇ ਵੀਰੋ ਵੇਖਣ ਯੋਗ ਹੈ ਔਰ ਸਾਹਮਣੇ ਅਰਸ਼ੀ ਤੇ ਵਿੱਕੀ ਸ਼ੇਖ ਦੌਲਤ ਵਾਲਾ ਵਿੱਕੀ ਸ਼ੇਖ ਦੌਲਤ ਪਿੰਡ ਰਿੰਕੂ ਖਰਾਟੀ ਹਰਿਆਣੇ ਵਾਲਾ ਇੱਕ ਦਰਸ਼ਕ ਕਹਿੰਦਾ ਵੀ ਮੈਨੂੰ ਵਧੀਆ ਲੱਗਦਾ ਸ਼ਮਸਪੁਰੀਆ ਸੁਲਤਾਨ ਮੈਂ ਕਿਹਾ ਵਧੀਆ ਕਿਉਂ ਲੱਗਦਾ ਕਹਿੰਦਾ ਅਗਲੀ ਕਬੱਡੀ ਪਾਉਣ ਲਈ ਪਹਿਲਾਂ ਹੰਦਿਆਂ ਦੇ ਲਾਗੇ ਆ ਜਾਂਦਾ ਵੱਖ ਵੱਖ ਖਿਡਾਰੀਆਂ ਦੇ ਅੰਦਾਜ਼ ਕਬੱਡੀ ਦੇ ਪ੍ਰੇਮੀਆਂ ਨੂੰ ਪਿਆਰੇ ਲੱਗਦੇ ਨੇ ਰਿੰਕੂ ਦਾ ਅੰਦਾਜ਼ ਵੀ ਪਿਆਰਾ ਲਾ ਪਈ ਰੇੜ ਰਿੰਕੂ ਖਰੈਟੀ ਦੀ ਕੌਣ ਲਾਓ ਜਫਾ ਹੁੰਦੀ ਹੋਈ ਫਿਰ ਕਮਾਲ ਜੀਤ ਕੋਟਲੀ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਕਬੱਡੀ 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 ਹੇਰੀ ਸਾਹ ਲਾ ਕਮਾਲ ਕਰਦਾ ਹਾਂ ਨੌਜਵਾਨ ਪਰ ਰਿੰਕੂ ਕਬੱਡੀ 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 ਰਿੰਕੂ ਖਰੈਟੀ ਅਜੇ ਕੁਝ ਵੀ ਹੋ ਸਕਦਾ ਪਿੰਡਿਆ ਬਰਾੜਾ ਕੋਟਲੇ ਵਾਲਿਆ ਅਜੇ ਕੁਝ ਵੀ ਹੋ ਸਕਦਾ ਕਬੱਡੀ ਹੈ ਹਾਂ ਕਹਿੰਦੇ 7 ਤੇ 8 ਜੱਫਿਆਂ ਦਾ ਮੈਚ ਖੇਡਿਆ ਜਾ ਰਿਹਾ
ਔਰ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਰਮਨੇ ਮੱਲੀਆਂ ਵਾਲੇ ਦੀ ਹੈ ਜਾਫੀ ਚਾਰ ਨੇ ਰਾਇਲ ਕਿੰਗ ਯੂਐਸਏ ਦੀ ਟੀਮ ਦਾ ਹੁਣ ਕੌਣ ਜਾਂ ਫਿਰ ਲਓ ਕਬੱਡੀ 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 ਧਾਵੀ ਦਾ ਧਾਵੀ ਦਾ ਨੰਬਰ ਪਿੰਦਾ ਬਰਾੜ ਕੋਟਲਾ ਮਿਰ ਸਿੰਘ ਵਾਲਾ ਗੁਰਵਿੰਦਰ ਬਰਾੜ ਵੱਡਾ ਨਾਮ ਹੈ ਕੋਟਲੇ ਮਿਹਰ ਸਿੰਘ ਵਾਲੇ ਦੇ ਕਬੱਡੀ ਕੱਪ ਦਾ ਲਓ ਰੇਡ ਪਾਉਣ ਦੇ ਵਾਸਤੇ ਕੌਣ ਵਧਾ ਕੇ ਇਹ ਆ ਨਾਰਚੋਰ ਛਪਾਰ ਵਾਲਾ ਲੁਧਿਆਣੀ ਹੈ ਪਈ ਫਿਰ ਰੇਡ ਐਨ ਫਿਰ ਹੁੱਲੇ ਹੁਲਾਰੇ ਨੇ ਕਬੱਡੀ ਦੇ ਪ੍ਰੇਮੀਆਂ ਦੇ ਵਿੱਚ ਨਾਰਚੋਰ ਦੀ ਪਈ ਹੈ ਕਬੱਡੀ ਦੇ ਉੱਪਰ ਕੌਣ ਬੱਲੇ ਬੱਲੇ ਕਰਾਉਂਦਾ ਬੋਪੁਰੀਆ 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 ਹੁਸ਼ਿਆਰਾ ਹੁਸ਼ਿਆਰਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆਂਦੇ ਦੂਰ ਕਬੱਡੀ 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 ਹੁਸ਼ਿਆਰਾ ਬੋਪੁਰੀਆ ਹਾਂ ਪਾਲਾ ਕਹਿੰਦਾ ਵੀ ਜਦੋਂ ਹੁਣ ਜਫਾ ਲਾਊ ਪਾਲਾ ਤੇ ਸੋਰੀ ਗਿੱਲ ਰੋਂਦਾ ਕਹਿੰਦਾ 1000 ਆ ਫੜੀ ਵੀ ਨੌਜਵਾਨਾਂ ਸੁੱਖ ਟੱਲੇ ਵਾਲੀ ਹੈ ਤੇ ਨਾਲ ਦਿੰਦਰ ਹਮੀਤੀ ਤੇ ਭਿੰਦਰ ਟੱਲੇਆਲ ਵੱਲੋਂ 1000 ਰੁਪਇਆ ਹੁਸ਼ਿਆਰੇ ਦੇ ਜੱਫੇ ਤੋਂ ਆਇਆ ਔਰ ਰਰਸ਼ੂ ਭਲੋਰ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਅੰਦਰ ਤੇ ਇੰਦਰਪਾਲ ਦਾ 2000 ਰੁਪਇਆ ਪਾਲੇ ਦੇ ਵਾਸਤੇ ਮਾਨ ਸਨਮਾਨ ਗੁਰਵਿੰਦਰ ਬਰਾੜ ਤੇ ਪਿੰਦਾ ਬਰਾੜ ਕੋਟਲਾ ਮੇਹਰ ਸਿੰਘ ਵਾਲਾ ਬਈ ਜੰਗੀਆਂ ਨੇ ਕਬੱਡੀ ਕੱਪ ਦਾ ਸਵਾਦ ਆਇਆ ਕਿ ਨਹੀਂ ਜੰਗੀਆਂ ਨੇ ਆਰੇ ਜੱਗੂ ਆ ਗਿਆ ਸੈਦੋ ਵਾਲੀ ਆ ਗਿਆ ਸੈਦੋ ਵਾਲੀ ਆ ਗਿਆ ਸੈਦੋ ਵਾਲੀ ਆ ਗਿਆ ਔਰ ਦੂਸਰੇ ਪਾਸੇ ਹੋਈ ਵਾਹਿਗੁਰੂ ਹਾਂ ਬੱਲੇ 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 ਭੈਣ ਜੱਗੂ ਸੈਦੋ ਵਾਲੀ ਹੈ ਸੁੱਖਾ ਔਗੜ ਪ੍ਰਦੀਪ ਯੂਐਸਏ ਸੋਨੀ ਯੂਐਸਏ ਰਾਜੂ ਪੱਤੋ ਬੱਬੂ ਯੂਐਸਏ ਮਨਿੰਦਰ ਰਾਣਾ ਵੱਲੋਂ ਜਲਾਲਪੁਰੀਏ ਪਾਲੇ ਦੇ ਲਈ 2000 ਦੇ ਮਾਨ ਸਨਮਾਨ ਲਓ ਅਗਲੀ ਕਬੱਡੀ ਨਾਲ ਫਿਰ ਜੁੜੀਏ ਰਮਨਾ ਮੱਲੀਆਂ ਵਾਲਾ ਹਜੇ ਕੁਝ ਵੀ ਹੋ ਸਕਦਾ ਮੱਖਣ ਅਲੀ ਜੀ ਸਮਾਂ ਹੈ ਨਾ ਜਿਹਦੇ ਕੋਲੇ ਉਹ ਕੁਝ ਵੀ ਕਰ ਸਕਦਾ ਕੁਝ ਵੀ ਕਰ ਸਕਦਾ ਆ ਫਰਿਆਦ ਉਹ ਜਾਫੀ ਹੈ ਜਿਹੜਾ ਕੁਝ ਵੀ ਕਰ ਸਕਦਾ ਜਿਹੜਾ ਕੁਝ ਵੀ ਕਰ ਸਕਦਾ ਲੈ ਵੀ ਫਰਿਆਦ 1000 ਰੁਪਈਆ ਤੇਰੇ ਲਈ ਸੁੱਖ ਟੱਲੇਵਾਲ ਤੇ ਆ ਮੈਨੂੰ ਲੱਗਦਾ ਰੇਡਰਾਂ ਦੇ ਵਿੱਚ ਦੌੜ ਲੱਗ ਗਈ ਦੋ ਭੱਜ ਗਏ ਇਕੱਠੇ ਹੀ ਦੋ ਆ ਗਏ ਇਕੱਠੇ ਦੋਵੇਂ ਪਾ ਦਿਓ ਨੌਜਵਾਨੋਂ ਜਿੱਤ ਹਰਾ ਜਿੱਤ ਹਰਾ ਦੇ ਫੈਸਲੇ ਹੋਣ ਵਾਲੀ ਗੱਲ ਬਣਦੀ ਹੈ ਜਿੱਤ ਹਰਾ ਵਾਹ ਕਿਸਮਤ ਦੇ ਆ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਬਈ ਜੇ ਨਿਆਰਾ ਆਇਆ ਤੇ ਇੱਕ ਵਾਰੀ ਕਬੱਡੀ ਕਬੱਡੀ ਵਾਂਸ ਅਗੇਨ ਮੈਚ ਦੋਸਤੋ ਇਹ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚ ਰੋਇਲ ਕਿੰਗ ਯੂਐਸਏ ਦੇ 35 ਪੁਆਇੰਟ ਰਹੇ ਨੇ ਔਰ ਸਰਹਾਲਾ ਰਣੂਆ ਜਿਹੜੀ ਹੈ ਉਹ 32.5 ਪੁਆਇੰਟ ਲੈ ਸਕੀ ਹੈ ਰੋਇਲ ਕਿੰਗ ਯੂਐਸਏ ਦੀ ਟੀਮ ਜਿੱਤ ਗਈ ਹੈ ਇਹ ਮੈਚ ਕਿਹੋ ਜਿਹਾ ਲੱਗਿਆ ਕਿਹੜੇ ਕਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਇਸ ਮੈਚ ਦੇ ਵਿੱਚ ਖੇਡੇ ਉਹਨਾਂ ਦੇ ਨਾਮ ਕਮੈਂਟ ਬਾਕਸ 'ਚ ਲਿਖਿਓ ਨਾਲ ਹੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜਿਹਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ ਬਹੁਤ ਬਹੁਤ ਸ਼ੁਕਰੀਆ